तेरे कवन कवन गुण कह कह गावा, तू साहिब गुणी निधाना, तुमरी महिमा बरन न साको, तू ठाकुर ऊच भगवाना। वाहगुरु साहिब जियो, महला तीजा, सच्चा नाम ध्याइऐ सबो वरतै सच, नानक हुकम बुझ परवान हुए ता फल पावै सच। कथनी बदनी करता फिरै हुक्मै मूल न बुझई, अंधा कच निकच कथनी बदनी करता फिरै हुक्मै मूल न बुझई, अंधा कच निकच। बाणी गुरु, गुरु है बाणी विच बाणी अमृत सारे, गुरबाणी कहे सेवक जन माने प्रतख गुरु निस्तारे। बाणी गुरु शब्द गुरु ज्ञान गुरु, धन धन गुरु ग्रंथ साहिब सच्चे पातशाह जी दी पावन हजूरी दे अंदर जुड़ बैठे गुरु सवारियो, वड्डियां भागां वाले हाँ कि जिन्हां नूं सतगुरु सच्चे पातशाह जी दी पावन हजूरी दे अंदर बैठ के कुछ घड़ियां गुरमत विचारां सांझियां करन दा सुभागा समा प्राप्त होया है। गुजरी की वार दी चल रही लड़ीवार विचार दे तहत दूजी वार दे नाल लगदा दूजा श्लोक जिसका पाठ हुणे आप जी ने सरवण कीता है। ये पावन श्लोक तीजे पातशाह धन गुरु अमरदास साहिब महाराज जी दे वल्लों उच्चारण कीता होया है। धन धन गुरु ग्रंथ साहिब महाराज जी दे पावन अंक 509 दे उत्ते आओ इस पावन श्लोक दी विचार नूं आरंभ करन तो पहलां गुरु फतेह नाल सांझ पाईए। कोई भी रसना वांझी ना रहे, फतेह प्रवान करो जी। वाहिगुरु जी का खालसा, वाहिगुरु जी की फतेह। सतगुरु जी फरमाउंदे ने सच्चा नाम ध्याइऐ सबो वरतै सच। जिहड़ा अकाल पुरख सदा वास्ते सच है, जिसने कदी झूठ होना ही नहीं, ते हर एक थां दे उत्ते ओ मालक वरत रिहा, उसने अपना वासा कीता होया। ए जग सच्चे की है कोठड़ी, सच्चे का विच वास, ई पै बीठल ऊ पै बीठल, बीठल बिन संसार नहीं। पातशाह ने आखिया ओ मालक जिहड़ा सदीव इस संसार दे विच रहण वाला है ते हर एक जगह दे उत्ते वरत रहा है, कहिंदे उस मालक अकाल पुरख दा सच्चा नाम हे मनुख तेनू ध्याउणा चाहीदा है। उस सच्चे मालक दा सच्चा नाम तू सदा ही ध्या। कोई भी ऐसा समा तेरी जिंदगी दे अंदर ना आवे कि उस मालक दे नाम नू तू भुला दवे, हर वेले उहदे नाम नाल जुड़िया रहे। उठत बैठत
ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਹਰ ਵੇਲੇ ਪਾਤਸ਼ਾਹ ਨੇ ਆਖਿਆ ਤੂੰ ਉਸ ਮਾਲਕ ਦੇ ਨਾਮ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਧਿਆ। ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਪਾਤਸ਼ਾਹ ਨੇ ਇਹ ਗੱਲ ਤਾਂ ਆਖ ਦਿੱਤੀ ਹੈ ਕਿ ਮਾਲਕ ਦੇ ਨਾਮ ਨੂੰ ਧਿਆਉਣਾ, ਪਰ ਤਰੀਕਾ ਕੀ ਹੈ ਮਾਲਕ ਦੇ ਨਾਮ ਨੂੰ ਧਿਆਉਣ ਦਾ? ਕਿਉਂਕਿ ਦੁਨੀਆ ਦੇ ਵਿੱਚ ਜਦੋਂ ਨਾਮ ਧਿਆਉਣ ਦੀ ਗੱਲ ਚੱਲਦੀ ਹੈ ਤਾਂ ਖਾਸ ਕਰ ਅੱਜ ਸਾਡੀ ਕੌਮ ਦੇ ਵਿੱਚ ਨਾਮ ਧਿਆਉਣ ਦੇ ਉੱਤੇ ਬੜੀਆਂ ਵੱਖਰੀਆਂ ਵੱਖਰੀਆਂ ਵਿਚਾਰਾਂ ਹਰ ਇੱਕ ਜਥੇਬੰਦੀ ਦਾ ਮੈਂਬਰ ਪੇਸ਼ ਕਰ ਰਿਹਾ। ਕਿਉਂਕਿ ਗੁਰੂ ਨੂੰ ਆਪਾਂ ਪੁੱਛਦੇ ਨਹੀਂ, ਆਪਾਂ ਆਪਣੇ ਹਿਸਾਬ ਨਾਲ ਚੱਲਦੇ ਹਾਂ। ਪਿੱਛੇ ਜੇ ਇੱਕ ਵੀਡੀਓ ਵੀ ਤੁਸੀਂ ਸ਼ਾਇਦ ਵਟਸਐਪ ਵਗੈਰਾ ਦੇ ਉੱਤੇ ਵੇਖੀ ਹੋਵੇ ਕਿ ਇੱਕ ਭਾਈ ਸਾਹਿਬ ਇਹੀ ਕਹਿ ਰਹੇ ਮੈਂ ਨਾਮ ਜਪਦਾ ਪਿਆ, ਪਰ ਨਾਮ ਜਪਦੇ ਜਪਦੇ ਉਹਨਾਂ ਨੂੰ ਇੰਨਾ ਗੁੱਸਾ ਚੜ ਗਿਆ, ਕ੍ਰੋਧਿਤ ਹੋ ਗਏ ਬਹੁਤ ਜ਼ਿਆਦਾ, ਅਤੇ ਅਜੀਬ ਜਿਹੇ ਉਹਨਾਂ ਦੇ ਐਕਸ਼ਨ ਹੋ ਗਏ ਉੱਥੇ ਗੁਰੂ ਦੇ ਦਰਬਾਰ ਦੇ ਵਿੱਚ ਹੀ, ਅਤੇ ਲੜਨ ਨੂੰ ਪੈਣ ਇੱਕ ਹੋਰ ਦੂਜੇ ਬੰਦੇ ਦੇ ਨਾਲ। ਹੁਣ ਜਿਹੜਾ ਬੰਦਾ ਨਾਮ ਜਪਦਾ ਹੋਵੇ ਉਹਦੇ ਅੰਦਰ ਤਾਂ ਟਿਕਾਅ ਹੀ ਬੜਾ ਹੁੰਦਾ, ਉਹ ਤਾਂ ਇਸ ਪਾਸੇ ਨੂੰ ਕਦੀ ਤੁਰਦਾ ਹੀ ਨਹੀਂ ਹੈ। ਪਰ ਨਾਮ ਜਪਣ ਦੇ ਨਾਂ ਦੇ ਉੱਤੇ ਇੱਦਾਂ ਦੀਆਂ ਵੀਡੀਓਜ਼ ਵੀ ਸਾਡੇ ਸਾਹਮਣੇ ਆਈਆਂ ਜਿੱਥੇ ਕਿਸੇ ਦੀ ਦਸਤਾਰ ਲੱਥਦੀ ਪਈ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ, ਕਿਤੇ ਕੇਸ ਖੁੱਲ੍ਹਦੇ ਪਏ ਨੇ ਅਤੇ ਉਹ ਲੋਕ ਸਿਰ ਮਾਰ ਰਹੇ ਨੇ ਇੱਧਰ ਉੱਧਰ, ਅਤੇ ਉਹ ਇਹੀ ਵਿਚਾਰੇ ਸੋਚੀ ਜਾਂਦੇ ਨੇ ਵੀ ਸ਼ਾਇਦ ਅਸੀਂ ਰੱਬ ਦਾ ਨਾਮ ਜਪਦੇ ਪਏ ਹਾਂ। ਪਤਾ ਨਹੀਂ ਇਹ ਨਾਮ ਜਪਣ ਦੇ ਨਾਂ ਦੇ ਉੱਤੇ ਕੀ ਤਮਾਸ਼ਾ ਜਿਹੜਾ ਹੈ ਅੱਜ ਉਹ ਸਾਡੀ ਕੌਮ ਦੇ ਅੰਦਰ ਸ਼ੁਰੂ ਹੋਇਆ ਹੋਇਆ। ਖੈਰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਪੁੱਛੀਏ ਕਿ ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਉਹ ਤੁਸੀਂ ਦੱਸੋ ਕਿ ਮਾਲਕ ਦਾ ਨਾਮ ਕਿਵੇਂ ਜਪਿਆ ਜਾਂਦਾ? ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਬੜਾ ਪਿਆਰਾ ਹੈ। ਭਗਤ ਨਾਮਦੇਵ ਜੀ ਨੇ ਕੁਝ ਕੁ ਦੁਨਿਆਵੀ ਉਦਾਹਰਨਾਂ ਦਿੱਤੀਆਂ ਨੇ, ਅਤੇ ਦੁਨਿਆਵੀ ਉਦਾਹਰਨਾਂ ਦੇ ਕੇ ਨਾ ਗੱਲ ਬੜੀ ਸੌਖੇ ਢੰਗ ਦੇ ਨਾਲ ਕਲੀਅਰ ਕਰ ਦਿੱਤੀ ਹੈ ਵੀ ਰੱਬ ਦਾ ਨਾਮ ਜਪਣਾ ਕਿਵੇਂ ਹੈ। ਹੁਣ ਗੌਰ ਕਰਿਓ ਭਗਤ ਨਾਮਦੇਵ ਜੀ ਕੀ ਕਹਿੰਦੇ ਨੇ। ਮਨ ਰਾਮ ਨਾਮਾ ਬੇਦੀ ਅਲੇ, ਭਗਤ ਨਾਮਦੇਵ ਜੀ ਕਹਿੰਦੇ ਨੇ ਮੇਰਾ ਮਨ ਜਿਹੜਾ ਹੈ ਨਾ ਉਹ ਰਾਮ, ਰਾਮ ਦਾ ਭਾਵ ਅਕਾਲ ਪੁਰਖ, ਮੇਰਾ ਮਨ ਜਿਹੜਾ ਹੈ ਉਹ ਰਾਮ ਦੇ ਨਾਮ ਵਿੱਚ ਬੇਦੀ ਅਲੇ, ਬੇਦੀ ਅਲੇ ਦਾ ਮਤਲਬ ਹੁੰਦਾ ਜਿਵੇਂ ਕੰਨ ਵਿੰਨੇ ਜਾਂਦੇ ਨੇ ਨਾ, ਭਾਵ ਮੋਰੀ ਕੀਤੀ ਜਾਂਦੀ ਕੰਨਾਂ ਵਿੱਚ, ਉਹਨੂੰ ਆਪਾਂ ਕਹਿੰਦੇ ਹਾਂ ਕੰਨ ਵਿੰਨ ਦੇਣਾ। ਬੇਦੀ ਅਲੇ ਦਾ ਮਤਲਬ ਵੀ ਹੁੰਦਾ ਵਿੰਨ ਦੇਣਾ, ਵਿੰਨ ਦੇਣ ਦਾ ਮਤਲਬ ਮੇਰੇ ਮਨ ਦੇ ਵਿੱਚ ਰੱਬ ਦਾ ਨਾਮ ਜਿਹੜਾ ਹੈ ਉਹ ਖੁੱਭ ਗਿਆ, ਭਾਵ ਮੈਂ ਹੁਣ ਰੱਬ ਦੇ ਨਾਮ ਤੋਂ ਦੂਰ ਕਦੀ ਨਹੀਂ ਜਾਂਦਾ, ਮੇਰੀ ਸਦਾ ਹੀ ਸਾਂਝ ਉਸ ਮਾਲਕ ਦੇ ਨਾਮ ਦੇ ਨਾਲ ਪਈ ਰਹਿੰਦੀ ਹੈ। ਅਤੇ ਸਾਨੂੰ ਵੀ ਭਗਤ ਨਾਮਦੇਵ ਜੀ ਇਹ ਗੱਲ ਕਹਿ ਰਹੇ ਨੇ, ਹੇ ਦੁਨੀਆ ਦੇ ਲੋਕੋ ਮਨ ਰਾਮ ਨਾਮਾ ਬੇਦੀ ਅਲੇ, ਆਪਣੇ ਮਨ ਦੇ ਵਿੱਚ ਰੱਬ ਦੇ ਨਾਮ ਨੂੰ ਵਿੰਨ ਲਓ, ਆਪਣੇ ਮਨ ਦੇ ਵਿੱਚ ਰੱਬ ਦੀ ਯਾਦ ਨੂੰ ਟਿਕਾ ਲਓ, ਰੱਬੀ ਗੁਣਾਂ ਨੂੰ ਟਿਕਾ ਲਓ, ਸਤ ਸੰਤੋਖ ਦਇਆ ਧਰਮ ਧੀਰਜ ਨੂੰ ਟਿਕਾ ਲਓ। ਆਖਦੇ ਨੇ ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਨਕ ਕਲਾ ਚਿਤ ਮਾਂਡੀ ਅਲੇ। ਪਹਿਲੀ ਉਦਾਹਰਣ ਰਹਾਉ ਵਾਲੇ ਬੰਦ ਵਿੱਚ ਦਿੰਦੇ ਨੇ, ਕਹਿੰਦੇ ਜਿਵੇਂ ਇੱਕ ਸੁਨਿਆਰਾ ਵੀਰ ਹੈ, ਸੁਨਿਆਰਾ ਵੀਰ, ਹੁਣ ਪੁਰਾਣੇ ਟਾਈਮ ਦੀ ਗੱਲ ਹੈ, ਅੱਜ ਤਾਂ ਜਿਹੜੀਆਂ ਜੂਲਰੀ ਸ਼ੋਪਸ ਹੁੰਦੀਆਂ ਨੇ ਥੋੜ੍ਹੀਆਂ ਵੱਖਰੇ ਢੰਗ ਦੀਆਂ ਨੇ, ਪਰ ਪੁਰਾਣੀ ਉਦਾਹਰਣ ਦਿੱਤੀ ਹੈ, ਪੁਰਾਣੇ ਸਮਿਆਂ ਦੇ ਵਿੱਚ ਜਿਹੜਾ ਸੁਨਿਆਰਾ ਵੀਰ ਹੈ ਉਹ ਇੱਕ ਪਾਸੇ ਉਹਨੇ ਕੁਠਾਲੀ ਦੇ ਵਿੱਚ ਗਹਿਣੇ ਨੂੰ ਪਾਇਆ ਹੋਣਾ, ਨਾਲੇ ਉਹਨੇ ਆਪਣਾ ਕੰਮ ਕਾਜ ਕਰੀ ਜਾਣਾ, ਅਤੇ ਨਾਲੇ ਜਿਹੜੇ ਗਾਹਕ ਉਹਦੇ ਕੋਲੋਂ ਸੋਨਾ ਖਰੀਦਣ ਵਾਸਤੇ ਆਏ ਨਾ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰੀ ਜਾਣੀਆਂ, ਨਾਲੇ ਉਹ ਗੱਲਾਂ ਬਾਤਾਂ ਵੀ ਕਰੀ ਜਾ ਰਿਹਾ ਗਾਹਕਾਂ ਦੇ ਨਾਲ, ਅਤੇ ਨਾਲੇ ਆਪਣਾ ਕੰਮ ਵੀ ਕਰੀ ਜਾਂਦਾ, ਕੁਠਾਲੀ ਵਿੱਚ ਸੋਨੇ ਨੂੰ ਪਾ ਕੇ ਬੈਠਾ ਹੋਇਆ, ਨਾਲੇ ਆਪਣਾ ਕੰਮ ਵੀ ਕਰੀ ਜਾਂਦਾ, ਨਾਲੇ ਗਾਹਕਾਂ ਦੇ ਨਾਲ ਗੱਲਬਾਤ ਵੀ ਕਰੀ ਜਾਂਦਾ। ਭਗਤ ਨਾਮਦੇਵ ਜੀ ਨੇ ਉਦਾਹਰਣ ਦਿੱਤੀ, ਕਹਿੰਦੇ ਜਿਸ ਤਰ੍ਹਾਂ ਉਹ ਸੁਨਿਆਰਾ ਵੀਰ ਦੋਨੋਂ ਪਾਸੇ ਆਪਣਾ ਕੰਮ ਚਲਾ ਰਿਹਾ, ਉਹ ਆਪਣਾ ਕੰਮ ਵੀ ਕਰਦਾ ਪਿਆ, ਗਾਹਕਾਂ ਨੂੰ ਹੈਂਡਲ ਵੀ ਕਰ ਰਿਹਾ, ਕਹਿੰਦੇ ਹੇ ਦੁਨੀਆ ਦੇ ਵਿੱਚ ਰਹਿਣ ਵਾਲੇ ਬੰਦਿਆ, ਤੂੰ ਵੀ ਇਸੇ ਤਰ੍ਹਾਂ ਕਰ ਜਿਸ ਤਰ੍ਹਾਂ ਉਹ ਸੁਨਿਆਰੇ ਵੀਰ ਨੇ ਆਪਣਾ ਧਿਆਨ ਆਪਣੇ ਕੰਮ ਦੇ ਵਿੱਚ ਲਾ ਕੇ ਰੱਖਿਆ ਅਤੇ ਦੁਨੀਆ ਨਾਲ ਗੱਲ ਕੀਤੀ ਹੈ, ਤੂੰ ਵੀ ਇਸ ਤਰ੍ਹਾਂ ਆਪਣਾ ਧਿਆਨ ਹਮੇਸ਼ਾ ਰੱਬੀ ਗੁਣਾਂ ਵਾਲੇ ਪਾਸੇ ਨੂੰ ਲਾ ਕੇ ਰੱਖ, ਦੁਨੀਆ ਦੇ ਵਿੱਚ ਜਿਸ ਤਰ੍ਹਾਂ ਉਹ ਦੁਨੀਆ ਨਾਲ ਗੱਲਬਾਤ ਕਰਦਾ ਇਸ ਤਰ੍ਹਾਂ ਤੂੰ ਵੀ ਦੁਨੀਆ ਦੇ ਵਿੱਚ ਵਿਚਰਦਾ ਰਹਿ, ਤੈਨੂੰ ਰੋਕਿਆ ਥੋੜ੍ਹੀ ਨਾ ਕਿਸੇ ਨੇ, ਦੁਨੀਆ ਦੇ ਵਿੱਚ ਵਿਚਰਦਿਆਂ ਹੋਇਆਂ ਆਪਣਾ ਕੰਮ ਕਾਜ ਕਰਦਿਆਂ ਹੋਇਆਂ, ਭਾਵੇਂ ਤੂੰ ਸਰਵਿਸ ਕਰ, ਭਾਵੇਂ ਤੂੰ ਬਿਜ਼ਨਸ ਕਰ, ਕੋਈ ਵੀ ਕੰਮ ਕਰ ਦੁਨੀਆ ਦੇ ਵਿੱਚ, ਪਰ ਇੱਕ ਗੱਲ ਚੇਤੇ ਰੱਖੀ
ਆਪਣਾ ਕੰਮ ਕਾਜ ਕਰਦਿਆਂ ਹੋਇਆਂ ਆਪਣਾ ਧਿਆਨ ਹਮੇਸ਼ਾ ਹਮੇਸ਼ਾ ਉਸ ਮਾਲਕ ਵਾਲੇ ਪਾਸੇ ਨੂੰ ਲਾ ਕੇ ਰੱਖੀ। ਜਦੋਂ ਤੇਰਾ ਧਿਆਨ ਉਸ ਮਾਲਕ ਵਾਲੇ ਪਾਸੇ ਨੂੰ ਹੋਏਗਾ, ਉਹਦੇ ਗੁਣਾਂ ਵਾਲੇ ਪਾਸੇ ਨੂੰ ਹੋਏਗਾ, ਸੱਚ ਕਰਕੇ ਜਾਣੀ ਤੂੰ ਜ਼ਿੰਦਗੀ ਦੇ ਅੰਦਰ ਕੋਈ ਗਲਤ ਕੰਮ ਨਹੀਂ ਕਰੇਗਾ। ਕਿਉਂਕਿ ਜਦੋਂ ਬੰਦਾ ਮਾਲਕ ਵਾਲੇ ਪਾਸੇ ਨੂੰ ਧਿਆਨ ਰੱਖਦਾ ਹੈ, ਫਿਰ ਇਮਾਨਦਾਰੀ ਵਰਤੇਗਾ ਆਪਣੀ ਜ਼ਿੰਦਗੀ ਦੇ ਅੰਦਰ। ਕੋਈ ਵੀ ਕੰਮ ਕਰਦਾ ਹੋਵੇਗਾ, ਆਪਣੀ ਜ਼ਿੰਦਗੀ ਦੇ ਅੰਦਰ ਚੰਗੇ ਗੁਣਾਂ ਨੂੰ ਲੈ ਆਉਣਾ, ਮਾਲਕ ਦੇ ਹੁਕਮ ਨੂੰ ਵਸਾ ਲੈਣਾ, ਅਸਲ ਦੇ ਵਿੱਚ ਇਹੀ ਤਾਂ ਹੈ ਨਾਮ ਜਪਣਾ। ਨਹੀਂ ਤਾਂ ਬੰਦਾ ਜ਼ੁਬਾਨ ਤੋਂ ਵਾਹਿਗੁਰੂ ਵਾਹਿਗੁਰੂ ਕਹੇ ਅਤੇ ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਕਹਿੰਦੇ ਹੋਣ ਉਹਨੂੰ ਮੰਨਦਾ ਨਾ ਹੋਵੇ, ਪਾਤਸ਼ਾਹ ਕਹਿੰਦੇ ਤਾਂ ਪਖੰਡ ਹੋ ਗਿਆ। ਆਪਣੀ ਜ਼ੁਬਾਨ ਤੋਂ ਵਾਹਿਗੁਰੂ ਕਹਿ, ਪਰ ਜਿਹੜੀ ਗੱਲ ਤੈਨੂੰ ਗੁਰੂ ਸਮਝਾ ਰਿਹਾ ਉਸ ਗੱਲ ਨੂੰ ਵੀ ਮੰਨ, ਤੇਰੀ ਜ਼ਿੰਦਗੀ ਸਵਰ ਜਾਵੇਗੀ। ਜਿੱਥੇ ਜ਼ੁਬਾਨ ਤੋਂ ਤੂੰ ਅੱਲਾ ਅੱਲਾ ਕਹਿੰਦਾ, ਉੱਥੇ ਤੈਨੂੰ ਇਹ ਅੱਲਾ ਦੀ ਬਾਣੀ ਕੀ ਸਮਝਾ ਰਹੀ ਹੈ, ਉਸ ਵਿਚਾਰ ਨੂੰ ਵੀ ਆਪਣੀ ਜ਼ਿੰਦਗੀ ਦੇ ਅੰਦਰ ਲੈ ਕੇ ਆ। ਹੁਣ ਸ਼ਬਦ ਦੇ ਪਹਿਲੇ ਬੰਦ ਵਿੱਚ ਆਖਦੇ ਨੇ, ਆ ਨੀਲੇ ਕਾਗਦ ਕਾਟੀਲੇ ਗੁੱਡੀ। ਕਹਿੰਦੇ ਵੇਖੋ, ਇਹ ਵੀ ਇੱਕ ਉਦਾਹਰਣ ਹੈ। ਪੁਰਾਣੇ ਸਮੇਂ ਦੇ ਵਿੱਚ ਬਣੀਆਂ ਬਣਾਈਆਂ ਪਤੰਗਾਂ ਨਹੀਂ ਸੀ ਮਿਲਦੀਆਂ, ਗੁੱਡੀਆਂ ਉਡਾਉਂਦੇ ਨਾ ਬੱਚੇ ਪਤੰਗਾਂ, ਇੱਥੇ ਪਤਾ ਨਹੀਂ ਉਡਾਉਂਦੇ ਤੁਹਾਡੇ ਕਿ ਨਹੀਂ, ਇੰਡੀਆ ਵਿੱਚ ਤਾਂ ਤੁਸੀਂ ਵੇਖਿਆ ਹੋਵੇਗਾ। ਉਹ ਪਤੰਗ ਉਹ ਗੁੱਡੀ ਬਣੀ ਬਣਾਤੀ ਨਹੀਂ ਸੀ ਮਿਲਦੀ। ਬੱਚੇ ਕੀ ਕਰਦੇ ਸੀ ਵੀ ਜਾਂਦੇ ਸੀ ਅਤੇ ਕਾਗਜ਼ ਲੈ ਕੇ ਆਉਂਦੇ ਸੀ। ਭਗਤ ਨਾਮਦੇਵ ਜੀ ਨੇ ਉਦਾਹਰਣ ਦਿੱਤੀ, ਆਨੀ ਕਾਗਜ਼, ਬੱਚਾ ਜਿਹੜਾ ਹੈ ਉਹ ਕਾਗਜ਼ ਲੈ ਕੇ ਆਇਆ, ਤੀਲੇ ਲੈ ਕੇ ਆਇਆ, ਅਤੇ ਕੀਤਾ ਕਿ ਕਾਟੀਲੇ ਗੁੱਡੀ, ਅਤੇ ਉਸ ਕਾਗਜ਼ ਨੂੰ ਗੁੱਡੀ ਦੀ ਸ਼ੇਪ ਦੇ ਵਿੱਚ ਕੱਟਿਆ। ਭਾਵ ਜਿਹੜੀ ਪਤੰਗ ਦੀ ਸ਼ੇਪ ਹੈ ਉਸ ਹਿਸਾਬ ਨਾਲ ਕਾਗਜ਼ ਨੂੰ ਕੱਟਿਆ, ਤੀਲੇ ਉਹਦੇ ਵਿੱਚ ਲਗਾਏ, ਸੈੱਟ ਕੀਤੇ, ਗੁੱਡੀ ਤਿਆਰ ਕਰ ਲਈ, ਪਤੰਗ ਬਣਾ ਲਈ ਹੈ। ਅਨੀਲੇ ਕਾਗਜ਼ ਕਾਟੀਲੇ ਗੁੱਡੀ, ਅਤੇ ਕੀਤਾ ਕਿ ਗੁੱਡੀ ਨੂੰ ਬਣਾ ਕੇ ਉਹਦੇ ਵਿੱਚ ਡੋਰ ਬੰਨ੍ਹੀ, ਆਕਾਸ਼ ਮੱਧੇ ਭਰਮੀ ਅਲੇ, ਅਤੇ ਗੁੱਡੀ ਨੂੰ ਨਾ ਆਕਾਸ਼ ਦੇ ਵਿੱਚ ਉਡਾ ਦਿੱਤਾ। ਹੁਣ ਉਹ ਪਤੰਗ ਉਹ ਗੁੱਡੀ ਜਿਹੜੀ ਹੈ ਆਕਾਸ਼ ਦੇ ਵਿੱਚ ਉੱਡਦੀ ਪਈ ਹੈ, ਡੋਰ ਜਿਹੜੀ ਹੈ ਉਸ ਬੱਚੇ ਦੇ ਹੱਥ ਦੇ ਵਿੱਚ ਹੈ, ਗੁੱਡੀ ਆਕਾਸ਼ ਦੇ ਵਿੱਚ ਹੈ। ਭਗਤ ਨਾਮਦੇਵ ਜੀ ਨੇ ਉਸ ਪਤੰਗ ਦੀ ਉਦਾਹਰਣ ਦਿੱਤੀ, ਕਹਿੰਦੇ ਨੇ ਅਨੀਲੇ ਕਾਗਜ਼ ਕਾਟੀਲੇ ਗੁੱਡੀ ਆਕਾਸ਼ ਮੱਧੇ ਭਰਮੀ ਅਲੇ, ਪੰਚ ਜਨਾ ਸਿਓ ਬਾਤ ਬਤਊਆ, ਚੀਤ ਸੋ ਡੋਰੀ ਰਾਖੀ ਅਲੇ। ਕਹਿੰਦੇ ਵੇਖੋ, ਬੱਚਾ ਪਤੰਗ ਉਡਾ ਰਿਹਾ, ਉਸਦੀ ਪਤੰਗ ਆਸਮਾਨ ਦੇ ਵਿੱਚ ਉੱਡਦੀ ਪਈ, ਡੋਰ ਉਸ ਮੁੰਡੇ ਦੇ ਹੱਥ ਵਿੱਚ, ਅਤੇ ਜਦੋਂ ਉਹ ਪਤੰਗ ਉਡਾਉਂਦਾ ਪਿਆ ਨਾ, ਪੰਚ ਜਨਾ ਸਿਓ ਬਾਤ ਬਤਊਆ, ਜਿਹੜੇ ਉਹਦੇ ਦੋਸਤ ਮਿੱਤਰ ਨੇ ਉੱਥੇ ਉਹਨਾਂ ਦੇ ਨਾਲ ਨਾ ਗੱਲਾਂ ਬਾਤਾਂ ਵੀ ਕਰੀ ਜਾਂਦਾ, ਹੋਰ ਵੀ ਦੋਸਤ ਮਿੱਤਰ ਨੇ ਨਾ ਇਕੱਠੇ ਰਲ ਕੇ ਪਤੰਗ ਉਡਾਉਂਦੇ ਪਏ ਨੇ। ਕਹਿੰਦੇ ਆਪਣੇ ਦੋਸਤ ਮਿੱਤਰਾਂ ਦੇ ਨਾਲ ਗੱਲਾਂ ਬਾਤਾਂ ਵੀ ਕਰੀ ਜਾਂਦਾ, ਪਰ ਉਹਦਾ ਧਿਆਨ ਪਤਾ ਕਿੱਥੇ ਹੈ? ਬੇਸ਼ੱਕ ਆਪਣੇ ਦੋਸਤਾਂ ਨਾਲ ਗੱਲਾਂ ਕਰਦਾ ਪਿਆ, ਪਰ ਉਹਦਾ ਧਿਆਨ ਪਤੰਗ ਦੀ ਡੋਰ ਦੇ ਵਿੱਚ ਹੈ, ਕਿਤੇ ਮੇਰੀ ਪਤੰਗ ਜਿਹੜੀ ਹੈ ਉਹ ਥੱਲੇ ਨਾ ਡਿੱਗ ਜਾਵੇ। ਅਨੀਲੇ ਕਾਗਜ਼ ਕਾਟੀਲੇ ਗੁੱਡੀ ਆਕਾਸ਼ ਮੱਧੇ ਭਰਮੀ ਅਲੇ, ਪੰਚ ਜਨਾ, ਪੰਚ ਜਨਾ ਦਾ ਮਤਲਬ ਦੋਸਤ, ਪੰਚ ਜਨਾ ਸਿਓ ਬਾਤ ਬਤਊਆ, ਚੀਤ ਸੋ ਡੋਰੀ ਰਾਖੀ ਅਲੇ। ਉਹਦਾ ਚਿੱਤ ਕਿੱਥੇ ਹੈ? ਉਹ ਡੋਰ ਦੇ ਵਿੱਚ ਹੈ ਕਿ ਮੇਰੀ ਪਤੰਗ ਕਿਤੇ ਥੱਲੇ ਨਾ ਆ ਜਾਵੇ, ਮੈਂ ਆਪਣੀ ਪਤੰਗ ਨੂੰ ਆਸਮਾਨ ਦੇ ਵਿੱਚ ਹੀ ਰੱਖਣਾ। ਪੂਰਾ ਧਿਆਨ ਉਸ ਪਾਸੇ ਨੂੰ ਲਾਇਆ, ਬੇਸ਼ੱਕ ਆਪਣੇ ਮਿੱਤਰਾਂ ਨਾਲ ਗੱਲਬਾਤ ਵੀ ਕਰਦਾ ਪਿਆ। ਭਗਤ ਨਾਮਦੇਵ ਜੀ ਕਹਿੰਦੇ ਉਹ ਭਲਿਆ, ਜਿਸ ਤਰ੍ਹਾਂ ਉਹ ਬੱਚਾ ਆਪਣੇ ਮਿੱਤਰਾਂ ਦੇ ਨਾਲ ਗੱਲਾਂ ਬਾਤਾਂ ਕਰਦਾ, ਤੂੰ ਵੀ ਇਸ ਸੰਸਾਰ ਦੇ ਵਿੱਚ ਵਿਚਰ, ਗੱਲਾਂ ਬਾਤਾਂ ਕਰ ਆਪਣੇ ਪਰਿਵਾਰ ਵਾਲਿਆਂ ਨਾਲ, ਆਪਣੇ ਸਾਖ ਸੰਬੰਧੀਆਂ ਨਾਲ, ਆਪਣਾ ਕੰਮ ਕਾਜ ਕਰ, ਤੈਨੂੰ ਰੋਕਿਆ ਥੋੜ੍ਹੀ ਨਾ, ਸਭ ਕੁਝ ਕਰ। ਪਰ ਜਿਸ ਤਰ੍ਹਾਂ ਉਸ ਬੱਚੇ ਦਾ ਧਿਆਨ ਗੱਲਾਂ ਬਾਤਾਂ ਕਰਦਿਆਂ ਹੋਇਆ ਡੋਰ ਦੇ ਵਿੱਚ ਸੀਗਾ, ਤੇਰਾ ਧਿਆਨ ਹਮੇਸ਼ਾ ਰੱਬੀ ਗੁਣਾਂ ਵਾਲੇ ਪਾਸੇ ਨੂੰ ਹੋਣਾ ਚਾਹੀਦਾ। ਤੂੰ ਆਪਣਾ ਕੋਈ ਵੀ ਕੰਮ ਕਰ ਰਿਹਾ ਹੋਵੇਂ, ਤੇਰਾ ਧਿਆਨ ਸੰਤੋਖ ਵਾਲੇ ਪਾਸੇ ਨੂੰ ਹੋਵੇ, ਤੇਰਾ ਧਿਆਨ ਸੱਚ ਵਾਲੇ ਪਾਸੇ ਨੂੰ ਹੋਵੇ, ਤੇਰਾ ਧਿਆਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਾਲੇ ਪਾਸੇ ਨੂੰ ਹੋਵੇ। ਇਸ ਨੂੰ ਕਹਿੰਦੇ ਨੇ ਅਸਲ ਦੇ ਵਿੱਚ ਨਾਮ ਧਿਆਉਣਾ, ਆਪਣਾ ਕੰਮ ਕਾਜ ਕਰਦਿਆਂ। ਭਗਤ ਨਾਮਦੇਵ ਜੀ ਦੇ ਸੰਬੰਧ ਦੇ ਵਿੱਚ ਜਿਹੜੇ ਕਬੀਰ ਜੀ ਨੇ ਵਾਕ ਉਚਾਰਨ ਕੀਤੇ, ਕਿੰਨੀ ਵਾਰੀ ਆਪਾਂ ਸੁਣੇ ਨੇ, ਨਾਮਾ ਮਾਇਆ ਮੋਹਿਆ ਕਹਿ ਤਿਲੋਚਨ ਮੀਤ। ਵੀ ਭਗਤ ਤਿਲੋਚਨ ਜੀ ਭਗਤ ਨਾਮਦੇਵ ਜੀ ਨੂੰ ਇਹ ਗੱਲ ਕਹਿੰਦੇ ਨੇ, ਸ਼ਲੋਕ ਵੈਸੇ ਬਾਬਾ ਕਬੀਰ ਜੀ ਦੇ ਨੇ, ਪਰ ਬਾਬਾ ਕਬੀਰ ਜੀ ਨੇ ਦੋ ਪਾਤਰ ਘੜੇ, ਭਗਤ ਨਾਮਦੇਵ ਜੀ ਅਤੇ ਭਗਤ ਤਿਲੋਚਨ ਜੀ, ਇਹਨਾਂ ਦੋਨਾਂ ਨੂੰ ਪਾਤਰ ਘੜ ਕੇ ਗੱਲ ਬੜੀ ਪਿਆਰੀ ਪੇਸ਼ ਕੀਤੀ। ਨਾਮਾ ਮਾਇਆ ਮੋਹਿਆ ਕਹਿ ਤਿਲੋਚਨ ਮੀਤ। ਭਗਤ ਤਿਲੋਚਨ ਜੀ ਭਗਤ ਨਾਮਦੇਵ ਜੀ ਨੂੰ ਕਹਿੰਦੇ ਨੇ ਵੀ ਤੁਸੀਂ ਤਾਂ ਮਾਇਆ ਦੇ ਵਿੱਚ ਮੋਹੇ ਹੋਏ ਹੋ, ਮੈਂ ਜਦੋਂ ਤੁਹਾਨੂੰ ਵੇਖਦਾ ਤੁਸੀਂ ਆਪਣਾ ਕੰਮਕਾਜ ਹੀ ਕਰਦੇ ਰਹਿੰਦੇ ਹੋ। ਨਾਮਾ ਮਾਇਆ ਮੋਹਿਆ ਕਹਿ ਤਿਲੋਚਨ ਮੀਤ, ਕਾਹੇ ਛੀਪੋ ਛਾਏ ਲੈ ਰਾਮ ਨਾ ਲਾਵੋ ਚੀਤ। ਤੁਸੀਂ ਕਾਹਦੇ ਵਾਸਤੇ ਸਾਰਾ ਦਿਨ ਆਪਣਾ ਕੰਮਕਾਜ ਹੀ ਕਰਦੇ ਰਹਿੰਦੇ ਹੋ, ਰੱਬ 'ਚ ਚੇਤ ਨਹੀਂ ਲਾਉਂਦੇ?
ਕਿਉਂਕਿ ਆਮ ਇਹੀ ਵਿਚਾਰਧਾਰਾ ਪ੍ਰਚਲਿਤ ਹੈ ਨਾ ਵੀ ਰੱਬ ਵਿੱਚ ਚਿੱਤ ਜੋੜਨਾ ਹੈ ਅਤੇ ਇੱਕ ਥਾਂ 'ਤੇ ਬਹਿਣਾ ਪੈਂਦਾ, ਸਮਾਧੀ ਲਾਉਣੀ ਪੈਂਦੀ, ਕੋਈ ਸੁਰਤ ਟਿਕਾਉਣੀ ਪੈਂਦੀ ਹੈ। ਪਰ ਗੁਰੂ ਸਾਹਿਬ ਨੇ ਬਾਣੀ ਵਿੱਚ ਇਹ ਕਿਤੇ ਵੀ ਨਹੀਂ ਆਖਿਆ ਵੀ ਇੱਕ ਥਾਂ ਦੇ ਉੱਤੇ ਬੈਠੋਗੇ ਤਾਂ ਹੀ ਗੱਲ ਬਣੇਗੀ। ਅੱਗੇ ਉਹ ਜਵਾਬ ਪਤਾ ਕੀ ਦਿੱਤਾ ਭਗਤ ਨਾਮਦੇਵ ਜੀ ਨੇ, ਕਹਿੰਦੇ ਕੰਮ ਕਾਜ ਕਰਦਿਆਂ ਵੀ ਸਭ ਕੁਝ ਕੀਤਾ ਜਾ ਸਕਦਾ, ਨਾਮਾ ਕਹਿ ਤੇ ਲੋਚਨਾ ਮੁੱਖ ਤੇ ਰਾਮ ਸੰਭਾਲ। ਹੁਣ ਭਗਤ ਲੋਚਨ ਜੀ ਨੇ ਸਵਾਲ ਕੀਤਾ ਸੀ, ਭਗਤ ਨਾਮਦੇਵ ਜੀ ਜਵਾਬ ਦੇ ਰਹੇ ਨੇ ਉਸ ਗੱਲ ਦਾ, ਨਾਮਾ ਕਹਿ ਤੇ ਲੋਚਨਾ ਮੁੱਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਹਿੰਦੇ ਹੱਥ ਪੈਰ ਕੰਮ ਕਰਦੇ ਹੋਣ ਅਤੇ ਚਿੱਤ ਜਿਹੜਾ ਉਹ ਮਾਲਕ ਨਾਲ ਜੁੜਿਆ ਹੋਵੇ, ਇਸੇ ਤਰ੍ਹਾਂ ਦੇ ਰੱਬ ਨੂੰ ਧਿਆਉਣਾ, ਇਹ ਸਭ ਤੋਂ ਸੌਖਾ ਢੰਗ ਹੈ ਜਿਹੜਾ ਗੁਰੂ ਪਾਤਸ਼ਾਹ ਨੇ ਬਾਣੀ 'ਚ ਦੱਸਿਆ ਵੀ ਬੰਦਿਆ ਤੇਰੀ ਜ਼ਿੰਦਗੀ ਦਾ ਹਰ ਇੱਕ ਕਰਮ ਗੁਰੂ ਦੇ ਮੁਤਾਬਿਕ ਬਣ ਜਾਵੇ। ਤੂੰ ਜ਼ਿੰਦਗੀ 'ਚ ਕੋਈ ਵੀ ਕੰਮ ਕਰੇ ਉਹ ਤੇਰਾ ਕੰਮ ਗੁਰੂ ਦੀ ਮੱਤ ਦੇ ਅਕੋਰਡਿੰਗ ਹੋਵੇ। ਜਦੋਂ ਤੂੰ ਹਰ ਇੱਕ ਕੰਮ ਹੀ ਗੁਰੂ ਦੀ ਮੱਤ ਦੇ ਅਕੋਰਡਿੰਗ ਕਰੇਗਾ ਨਾ, ਸਮਝ ਲਈ ਤੈਨੂੰ ਨਾਮ ਧਿਆਉਣਾ ਆ ਗਿਆ। ਉਸ ਦਿਨ ਤੂੰ ਨਾਮ ਸਿਮਰਨ ਕਰਨਾ ਸਿੱਖ ਲਿਆ, ਉਸ ਦਿਨ ਤੂੰ ਨਾਮ ਜਪਣਾ ਸਿੱਖ ਲਿਆ। ਇਹ ਹੈ ਗੁਰੂ ਦੇ ਹਿਸਾਬ ਨਾਲ ਜਿਹੜਾ ਜਿਹੜਾ ਵੀ ਤੁਰਿਆ ਉਹਨੇ ਨਾਮ ਜਪਿਆ। ਇੱਕ ਅਖੀਰ ਉਦਾਹਰਣ ਹੋਰ ਸਾਂਝੀ ਕਰਦਿਆਂ, ਭਗਤ ਨਾਮਦੇਵ ਜੀ ਨੇ ਉਸੇ ਸ਼ਬਦ ਵਿੱਚ ਅਖੀਰ 'ਚ ਜਾ ਕੇ ਇੱਕ ਬੜੀ ਪਿਆਰੀ ਉਦਾਹਰਣ ਵਰਤੀ। ਭਗਤ ਨਾਮਦੇਵ ਜੀ ਕਹਿੰਦੇ ਨੇ, ਕਹਿਤ ਨਾਮਦੇਵ ਸੁਣੋ ਤੇ ਲੋਚਨ, ਬਾਲਕ ਪਾਲਨ ਪਾਉਂਡੀ ਅਲੇ, ਅੰਤਰ ਬਾਹਰ ਕਾਜ ਵਿਰੂਧੀ, ਚੀਤ ਸੋ ਬਾਰਕ ਰਾਖੀ ਅਲੇ। ਵੇਖੋ ਇੱਕ ਮਾਂ ਦੀ ਉਦਾਹਰਣ ਲਈ ਹੈ, ਕਹਿੰਦੇ ਮਾਂ ਕੀ ਕਰਦੀ, ਉਹਨੇ ਨਾ ਆਪਣੇ ਬੱਚੇ ਨੂੰ ਪੰਘੂੜੇ ਦੇ ਵਿੱਚ ਪਾਇਆ, ਇੱਕ ਝੂਲੇ ਦੇ ਵਿੱਚ ਪਾਇਆ, ਬੱਚਾ ਜਿਹੜਾ ਉੱਥੇ ਹੈ। ਹੁਣ ਮਾਂ ਕੀ ਕਰਦੀ ਪਈ ਹੈ ਵੀ ਆਪਣਾ ਕੰਮ ਕਾਜ ਵੀ ਕਰਦੀ ਪਈ ਹੈ, ਆਪਣਾ ਰਸੋਈ ਦਾ ਕੰਮ ਕਰ ਰਹੀ ਹੈ, ਝਾੜੂ ਪੋਚੇ ਦਾ ਕੰਮ ਕਰਦੀ ਪਈ ਹੈ, ਆਪਣੇ ਘਰ ਦੀ ਸਾਫ਼ ਸਫਾਈ ਦਾ ਕੰਮ ਕਰ ਰਹੀ। ਜਿਹੜਾ ਉਹਦਾ ਬੱਚਾ ਉਹ ਪੰਘੂੜੇ ਦੇ ਵਿੱਚ ਪਿਆ ਹੋਇਆ, ਹੁਣ ਉਹ ਬੇਸ਼ੱਕ ਆਪਣਾ ਕੰਮ ਕਾਜ ਤਾਂ ਕਰਦੀ ਪਈ ਹੈ। ਕਹਿਤ ਨਾਮਦੇਵ ਸੁਣੋ ਤੇ ਲੋਚਨ, ਬਾਲਕ ਪਾਲਣ ਪਾਉਂਡੀ ਅਲੇ, ਅੰਤਰ ਬਾਹਰ ਕਾਜ ਵਿਰੋਧੀ। ਅੰਤਰ ਬਾਹਰ, ਅੰਦਰ ਬਾਹਰ ਦੇ ਕਾਜ ਕੰਮ ਵੀ ਕਰੀ ਜਾ ਰਹੀ ਹੈ, ਪਰ ਕਹਿੰਦੇ ਉਹਦਾ ਧਿਆਨ ਪਤਾ ਕਿੱਥੇ ਹੈ, ਕੰਮ ਕਾਜ ਕਰਦਿਆਂ ਹੋਇਆਂ ਵੀ ਉਹਦਾ ਧਿਆਨ ਕਿੱਥੇ ਹੈ, ਬਾਲਕ ਪਾਲਣ ਪਾਉਂਡੀ ਅਲੇ। ਜਿਹੜਾ ਉਹਦਾ ਬੱਚਾ ਪੰਘੂੜੇ ਦੇ ਵਿੱਚ ਪਿਆ ਹੈ ਨਾ, ਉਹਦਾ ਧਿਆਨ ਉਹਦੇ ਬੱਚੇ ਵਾਲੇ ਪਾਸੇ ਨੂੰ ਹੀ ਹੈ, ਕਿਤੇ ਰੋਂਦਾ ਤਾਂ ਨਹੀਂ, ਕਿਤੇ ਇਹਨੂੰ ਭੁੱਖ ਤਾਂ ਨਹੀਂ ਲੱਗ ਗਈ, ਕਿਤੇ ਇਹਨੂੰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ। ਭਗਤ ਨਾਮਦੇਵ ਜੀ ਕਹਿੰਦੇ ਇੱਕ ਮਾਂ ਦੇ ਕੋਲੋਂ ਸਿੱਖ ਲੈ ਨਾਮ ਕਿਵੇਂ ਜਪਿਆ ਜਾਂਦਾ। ਮਾਂ ਆਪਣਾ ਕੰਮ ਕਾਜ ਕਰਦੀ ਪਈ ਹੈ ਪਰ ਉਹਦਾ ਧਿਆਨ ਉਹਦੇ ਬੱਚੇ ਦੇ ਵਿੱਚ ਹੈ। ਕਹਿੰਦੇ ਉਹ ਬੰਦਿਆ ਤੂੰ ਇਸੇ ਤਰ੍ਹਾਂ ਦੁਨੀਆ ਦੇ ਵਿੱਚ ਆਪਣਾ ਕੰਮ ਕਾਜ ਕਰਦਿਆਂ ਜਿਸ ਤਰ੍ਹਾਂ ਉਸ ਮਾਂ ਨੇ ਆਪਣਾ ਧਿਆਨ ਬੱਚੇ 'ਚ ਲਾਇਆ ਸੀ ਨਾ, ਤੂੰ ਇਸ ਤਰ੍ਹਾਂ ਆਪਣਾ ਧਿਆਨ ਰੱਬ ਦੇ ਵਿੱਚ ਲਾ। ਕੰਮਕਾਜ ਤੋਂ ਤੈਨੂੰ ਰੋਕਦਾ ਨਹੀਂ ਮੈਂ, ਗੁਰੂ ਪਾਤਸ਼ਾਹ ਕਹਿੰਦੇ ਨੇ, ਪਰ ਉਸ ਮਾਂ ਦੇ ਕੋਲੋਂ ਸਿੱਖ, ਉਹਨੇ ਬੱਚੇ 'ਚ ਧਿਆਨ ਲਾਇਆ, ਤੂੰ ਉਸੇ ਤਰ੍ਹਾਂ ਰੱਬ ਵਾਲੇ ਪਾਸੇ ਨੂੰ ਧਿਆਨ ਲਾ, ਰੱਬੀ ਗੁਣਾਂ ਵਾਲੇ ਪਾਸੇ ਨੂੰ ਧਿਆਨ ਲਾ, ਉਹਦੇ ਹੁਕਮ ਵਾਲੇ ਪਾਸੇ ਨੂੰ ਧਿਆਨ ਲਾ। ਸੱਚ ਕਰਕੇ ਜਾਣੀ ਜਿਸ ਦਿਨ ਤੈਨੂੰ ਰੱਬ ਦੇ ਵਿੱਚ ਸੁਰਤ ਜੋੜਨੀ ਆ ਗਈ ਨਾ, ਤੇਰੀ ਜ਼ਿੰਦਗੀ ਜਿਹੜੀ ਹੈ ਉਹ ਸਵਰ ਜਾਵੇਗੀ। ਹੁਣ ਗੁਰੂ ਪਾਤਸ਼ਾਹ ਅੱਗੇ ਕੀ ਕਹਿੰਦੇ ਨੇ, ਸੱਚਾ ਨਾਮ ਧਿਆਈਐ ਸਭੋ ਵਰਤੈ ਸੱਚ। ਹੁਣ ਨਾਮ ਨੂੰ ਨਾ ਅਗਲੀ ਪੰਕਤੀ 'ਚ ਹੋਰ ਖੋਲ੍ਹ ਕੇ ਪਾਤਸ਼ਾਹ ਨੇ ਪੇਸ਼ ਕਰ ਦਿੱਤਾ, ਨਾਨਕ ਹੁਕਮ ਬੁੱਝ ਪ੍ਰਵਾਨ ਹੋਏ। ਕਹਿੰਦੇ ਹੇ ਨਾਨਕ, ਜਿਨ੍ਹਾਂ ਨੇ ਹੁਕਮ ਬੁੱਝਿਆ ਹੈ ਨਾ, ਅਸਲ ਦੇ ਵਿੱਚ ਉਹ ਪ੍ਰਵਾਨ ਹੋ ਗਏ। ਹੁਣ ਵੇਖੋ ਪਹਿਲੀ ਪੰਕਤੀ 'ਚ ਗੱਲ ਆਖੀ ਸੀ ਵੀ ਨਾਮ ਜਪੋ, ਸੱਚਾ ਨਾਮ ਧਿਆਈਐ, ਦੂਜੀ ਪੰਕਤੀ 'ਚ ਕਹਿ ਰਹੇ ਨੇ ਉਹਦੇ ਹੁਕਮ ਨੂੰ ਬੁੱਝੋ। ਹੁਣ ਇਹਨਾਂ ਦੋਨਾਂ ਦਾ ਭਾਵ ਪਤਾ ਕੀ ਨਿਕਲਦਾ, ਨਾਮ ਅਤੇ ਹੁਕਮ ਦੇ ਵਿੱਚ ਕੋਈ ਅੰਤਰ ਨਹੀਂ ਹੈ। ਪਾਤਸ਼ਾਹ ਕਹਿੰਦੇ ਨੇ ਹੁਕਮ ਬੁੱਝ ਪ੍ਰਵਾਨ ਹੋਏ, ਜਿਨ੍ਹਾਂ ਨੇ ਮਾਲਕ ਦੇ ਹੁਕਮ ਨੂੰ ਬੁੱਝ ਲਿਆ ਉਹ ਮਾਲਕ ਅਕਾਲ ਪੁਰਖ ਜੀ ਦੇ ਦਰ ਦੇ ਉੱਤੇ ਪ੍ਰਵਾਨ ਹੋ ਗਏ, ਤਾਂ ਫਲ ਪਾਵੇ ਸੱਚ, ਤਾਂ ਉਹਨਾਂ ਨੂੰ ਉਹ ਸੱਚਾ ਫਲ ਮਿਲਿਆ ਜਿਹੜਾ ਫਲ ਕਦੀ ਗੁਆਚਦਾ ਨਹੀਂ ਹੈ। ਉਹ ਸੱਚਾ ਫਲ ਪਤਾ ਕਿਹੜਾ ਹੈ, ਜ਼ਿੰਦਗੀ ਦੇ ਅੰਦਰ ਚੜ੍ਹਦੀ ਕਲਾ ਦਾ ਬਣ ਜਾਣਾ। ਇੱਕ ਵਾਰੀ ਜ਼ਿੰਦਗੀ ਅੰਦਰ ਚੜ੍ਹਦੀ ਕਲਾ ਬਣ ਗਈ ਨਾ, ਉਹ ਚੜ੍ਹਦੀ ਕਲਾ ਫਿਰ ਕਦੀ ਗੁਆਚਦੀ ਨਹੀਂ ਹੈ। ਉਹ ਚੜ੍ਹਦੀ ਕਲਾ ਜਿਹੜੀ ਮਾਲਕ ਦੇ ਹੁਕਮ ਨੂੰ ਜ਼ਿੰਦਗੀ 'ਚ ਵਸਾ ਕੇ ਪੈਦਾ ਹੋਈ ਹੁੰਦੀ ਹੈ, ਜਿਹੜੀ ਮਾਲਕ ਦੇ ਨਾਮ ਨੂੰ ਜ਼ਿੰਦਗੀ ਵਿੱਚ ਕਮਾ ਕੇ ਪੈਦਾ ਹੋਈ ਹੁੰਦੀ ਹੈ,
ਉਹ ਚੜ੍ਹਦੀ ਕਲਾ ਕਦੀ ਵੀ ਗਵਾਚਦੀ ਨਹੀਂ, ਉਹ ਸਦੀਵ ਇਸੇ ਤਰ੍ਹਾਂ ਬਣੀ ਰਹਿੰਦੀ ਹੈ। ਪਰ ਉਹਦੇ ਵਾਸਤੇ ਨਾ ਇੱਕ ਉੱਦਮ ਕਰਨਾ ਪੈਂਦਾ। ਉਹਦੇ ਵਾਸਤੇ ਪਾਤਸ਼ਾਹ ਨੇ ਬਾਣੀ ਅੰਦਰ ਫਰਮਾਇਆ, ਉੱਦਮ ਕਰਿੰਦਿਆਂ ਜੀਓ ਤੂੰ, ਕਮਾਉਂਦਿਆਂ ਸੁੱਖ ਪੁੰਜ। ਉਹਦੇ ਗੁਣਾਂ ਨੂੰ ਜ਼ਿੰਦਗੀ ਵਿੱਚ ਕਮਾਉਣਾ ਪੈਂਦਾ ਉੱਦਮ ਕਰਕੇ। ਜਦੋਂ ਉਹਦੇ ਗੁਣ ਜ਼ਿੰਦਗੀ 'ਚ ਆਉਂਦੇ ਨੇ ਤਾਂ ਸੁੱਖ ਮਿਲਦਾ। ਪਰ ਬੰਦਾ ਪਤਾ ਕੀ ਕਰਦਾ ਪਿਆ, ਬੰਦਾ ਮਾਲਕ ਦੇ ਅੱਗੇ ਇਹ ਅਰਜੋਈ ਬੇਨਤੀ ਤਾਂ ਕਰਦਾ ਨਹੀਂ ਕਿ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਹੁਣ ਹੋਰ ਬੜੀਆਂ ਚੀਜ਼ਾਂ ਮੰਗਦਾ ਪਿਆ, ਪਰ ਇਸ ਪਾਸੇ ਨੂੰ ਤੁਰ ਕੇ ਰਾਜ਼ੀ ਨਹੀਂ ਹੈ ਵੀ ਉਹਦੇ ਕੋਲੋਂ ਉਹਦਾ ਨਾਮ ਮੰਗਿਆ ਜਾਵੇ, ਉਹਦੇ ਗੁਣ ਮੰਗੇ ਜਾਣ। ਹੋਰ ਸਭ ਕੁਛ ਮੰਗਦਾ ਜੇ ਪਾਤਸ਼ਾਹ ਨੇ, ਪਰ ਬਾਣੀ 'ਚ ਇਹ ਵੀ ਗੱਲ ਆਖੀ ਨਾ, ਵਿਣ ਤੁਧ ਹੋਰ ਜੇ ਮੰਗਣਾ, ਉਹ ਭਲਿਆ ਜੇ ਤੂੰ ਉਸ ਮਾਲਕ ਅਕਾਲ ਪੁਰਖ ਨੂੰ ਛੱਡ ਕੇ ਕੁਝ ਵੀ ਹੋਰ ਮੰਗਦਾ, ਕੋਈ ਵੀ ਚੀਜ਼ ਹੋਰ ਮੰਗਦਾ, ਇਹ ਗੱਲ ਚੇਤੇ ਰੱਖੀ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕਹਿ ਦੁੱਖ, ਤੇਰੇ ਪੱਲੇ ਕੇਵਲ ਦੁੱਖ ਹੀ ਪਵੇਗਾ। ਹੁਣ ਇੱਕ ਮਾਲਕ ਦੇ ਨਾਮ ਨੂੰ ਛੱਡ ਕੇ, ਉਹਦੇ ਗੁਣਾਂ ਨੂੰ ਛੱਡ ਕੇ ਬੰਦਾ ਜੋ ਮਰਜ਼ੀ ਮੰਗੀ ਜਾਵੇ। ਇਹ ਕਵੇ ਮੇਰਾ ਘਰ ਵੱਡਾ ਬਣ ਜਾਏ, ਮੈਨੂੰ ਗੱਡੀ ਵੱਡੀ ਮਿਲ ਜਾਏ, ਮੈਨੂੰ ਆਹ ਚੀਜ਼ ਚਾਹੀਦੀ, ਮੈਨੂੰ ਆਹ ਚੀਜ਼ ਚਾਹੀਦੀ, ਦੁਨਿਆਵੀ ਚੀਜ਼, ਮੈਨੂੰ ਧੀ ਚਾਹੀਦਾ, ਮੈਨੂੰ ਪੁੱਤਰ ਚਾਹੀਦੀ, ਮੈਨੂੰ ਆਹ ਚਾਹੀਦਾ, ਮੈਨੂੰ ਆਹ ਜੋ ਮਰਜ਼ੀ, ਸਭ ਕੁਝ ਆ ਗਿਆ। ਵਿਣ ਤੁਧ ਹੋਰ, ਇਹ ਹੋਰ ਦੇ ਵਿੱਚ ਸਭ ਕੁਝ ਆ ਜਾਂਦਾ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕਹਿ ਦੁੱਖ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਕਹਿੰਦੇ ਮੰਗ, ਪਰ ਕੀ ਮੰਗ? ਸੰਤੋਖ ਦੀ ਦਾਤ ਮੰਗ ਲੈ ਆਪਣੀ ਜ਼ਿੰਦਗੀ ਦੇ ਅੰਦਰ। ਤੇਰੀ ਜ਼ਿੰਦਗੀ ਸੰਤੋਖ ਆਵੇਗਾ, ਤੇਰੀਆਂ ਸਾਰੀਆਂ ਦੀਆਂ ਸਾਰੀਆਂ ਭੁੱਖਾਂ ਨੇ ਜਿਹੜੀਆਂ ਉਹ ਦੂਰ ਹੋ ਜਾਣਗੀਆਂ। ਪਰ ਤੁਸੀਂ ਮਤਾ ਮਸੂਰਤ ਆਪ ਕਰੇ, ਮਤਾ ਮਸੂਰਤ ਦਾ ਮਤਲਬ ਹੁੰਦਾ ਸਲਾਹ ਮਸ਼ਵਰਾ। ਹੁਣ ਅੱਜ ਆਪਾਂ ਕੋਈ ਕੰਮ ਕਰਨਾ ਹੋਵੇ, ਆਪਾਂ ਕਿਸੇ ਕੋਲੋਂ ਸਲਾਹ ਲਵਾਂਗੇ ਵੀ ਭਾਅ ਜੀ ਸਲਾਹ ਦੇ ਦਿਓ, ਆਹ ਕੰਮ ਇੱਦਾਂ ਕਰਨ ਲੱਗੇ ਹਾਂ, ਠੀਕ ਹੈ ਗਲਤ ਹੈ? ਪਾਤਸ਼ਾਹ ਨੇ ਆਖਿਆ, ਜਦੋਂ ਰੱਬ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ ਨਾ, ਜਦੋਂ ਹੋਰ ਕੋਈ ਵੀ ਨਹੀਂ ਸੀਗਾ ਅਤੇ ਉਹਨੇ ਮਸ਼ਵਰਾ ਕੀਤਾ, ਉਹਨੇ ਸਲਾਹ ਲਈ, ਪਰ ਕਿਸੇ ਦੂਜੇ ਦੇ ਕੋਲੋਂ ਨਹੀਂ, ਆਪਣੇ ਆਪ ਦੇ ਵਿੱਚ ਹੀ ਸਭ ਕੁਛ ਉਹਨੇ ਕੀਤਾ। ਮਤਾ ਮਸੂਰਤ, ਸਲਾਹ ਮਸ਼ਵਰਾ ਉਹਨੇ ਆਪਣੇ ਆਪ ਦੇ ਵਿੱਚ ਹੀ ਸਭ ਕੁਛ ਕੀਤਾ। ਮਤਾ ਮਸੂਰਤ ਆਪ ਕਰੇ, ਜੋ ਕਰੇ ਸੋ ਹੋਈ। ਜਿਹੜਾ ਵੀ ਉਹਨੇ ਸਲਾਹ ਮਸ਼ਵਰਾ ਆਪਣੇ ਆਪ ਨਾਲ ਕੀਤਾ, ਜਿਹੜਾ ਵੀ ਉਹ ਸਲਾਹ ਮਸ਼ਵਰਾ ਕਰਦਾ ਸੀ, ਉਹ ਕੰਮ ਉਹ ਕਰ ਦਿੰਦਾ ਸੀ। ਉਸਨੇ ਦੁਨੀਆ ਜੇ ਬਣਾਈ ਹੈ, ਕਿਸੇ ਦੂਜੇ ਨੂੰ ਪੁੱਛ ਕੇ ਨਹੀਂ ਬਣਾਈ, ਉਸਨੇ ਆਪਣੇ ਹਿਸਾਬ ਦੇ ਨਾਲ ਹੀ ਸਭ ਕੁਛ ਕੀਤਾ। ਪਰ ਤੁਸੀਂ ਅੱਜ ਵੇਖੋ ਨਾ, ਅੱਜ ਕੀ ਵਾਪਰਦਾ? ਗੁਰੂ ਸਾਹਿਬ ਨੇ ਤਾਂ ਬਾਣੀ ਦੇ ਵਿੱਚ ਬਾਰ ਬਾਰ ਇਹ ਗੱਲਾਂ ਆਖੀਆਂ ਨੇ, ਇਹ ਇੱਕ ਅੱਧੀ ਵਾਰੀ ਗੱਲ ਨਹੀਂ ਆਈ। ਪਾਤਸ਼ਾਹ ਨੇ ਜਿਹੜਾ ਪ੍ਰਮਾਣ ਮੈਂ ਹੁਣੇ ਤੁਹਾਡੇ ਨਾਲ ਸਾਂਝਾ ਕੀਤਾ ਹੈ ਵੀ ਪਾਤਸ਼ਾਹ ਨੇ ਜਦੋਂ ਦੁਨੀਆਂ ਨੂੰ ਬਣਾਇਆ, ਕਿਸੇ ਨੂੰ ਪੁੱਛਿਆ, ਪਾਤਸ਼ਾਹ ਨੇ ਆਖਿਆ ਪੁੱਛ ਨਾ ਸਾਜੇ। ਜੇ ਉਹਨੇ ਦੁਨੀਆ ਸਾਜੀ ਹੈ, ਜੇ ਉਹਨੇ ਦੁਨੀਆ ਬਣਾਈ ਹੈ, ਕਿਸੇ ਨੂੰ ਨਹੀਂ ਪੁੱਛਿਆ ਉਹਨੇ, ਪੁੱਛ ਨਾ ਸਾਜੇ, ਪੁੱਛ ਨਾ ਢਾਏ। ਅਤੇ ਜਦੋਂ ਉਹ ਡਿਸਟਰੋਏ ਕਰਦਾ, ਜਦੋਂ ਢਾਏਗਾ ਇਸ ਦੁਨੀਆ ਨੂੰ, ਉਹਨੇ ਫਿਰ ਵੀ ਨਹੀਂ ਪੁੱਛਣਾ ਕਿਸੇ ਨੂੰ, ਪੁੱਛ ਨਾ ਸਾਜੇ, ਪੁੱਛ ਨਾ ਢਾਏ, ਪੁੱਛ ਨਾ ਦੇਵੇ ਲੇ। ਉਹ ਸਾਨੂੰ ਇਹ ਜਾਨ ਜਿਹੜੀ ਬਖਸ਼ਦਾ, ਉਹ ਵੀ ਸਾਨੂੰ ਪੁੱਛ ਕੇ ਨਹੀਂ ਬਖਸ਼ਦਾ। ਅਤੇ ਜਿਸ ਦਿਨ ਉਹ ਜਾਨ ਕੱਢ ਲੈਂਦਾ, ਉਸ ਦਿਨ ਵੀ ਸਾਨੂੰ ਪੁੱਛ ਕੇ ਨਹੀਂ ਕੱਢਦਾ। ਆਪਣੀ ਕੁਦਰਤ ਆਪੇ ਜਾਣੇ, ਆਪੇ ਕਰਨ ਕਰੇ, ਉਹ ਆਪਣੀ ਕੁਦਰਤ ਨੂੰ ਆਪ ਹੀ ਜਾਣਦਾ। ਜੋ ਕਰ ਰਿਹਾ ਉਹ ਮਾਲਕ ਆਪ ਕਰਦਾ ਪਿਆ, ਕੋਈ ਦੂਜੀ ਤਾਕਤ ਨਹੀਂ ਹੈ। ਅਤੇ ਕਿਤੇ ਪਾਤਸ਼ਾਹ ਨੇ ਇਹ ਵੀ ਗੱਲ ਆਖੀ ਵੀ ਉਹ ਪੂਛ ਨਾ ਮਸਲਤ ਧਰੈ। ਵੀ ਉਹ ਦਾ ਮਤਲਬ ਹੁੰਦਾ ਕਿਸੇ ਦੂਜੇ ਨੂੰ ਪੁੱਛ ਕੇ ਉਹ ਕੋਈ ਮਸ਼ਵਰਾ ਨਹੀਂ ਕਰਦਾ, ਕਿਸੇ ਦੇ ਕੋਲੋਂ ਕੋਈ ਸਲਾਹ ਨਹੀਂ ਲੈਂਦਾ। ਵੀ ਉਹ ਪੂਛ ਨਾ ਮਸਲਤ ਧਰੈ, ਜੋ ਕੁਛ ਕਰੈ ਸੋ ਆਪੇ ਕਰੈ। ਜੋ ਵੀ ਕਰਦਾ ਉਹ ਮਾਲਕ ਆਪ ਹੀ ਕਰਦਾ। ਅਤੇ ਸਾਡਾ ਇਹ ਬਣਦਾ ਹੀ ਨਹੀਂ ਕੰਮ ਕਿ ਅਸੀਂ ਉਸ ਮਾਲਕ ਨੂੰ ਸਲਾਹਾਂ ਦਈਏ। ਪਰ ਤੁਸੀਂ ਵੇਖੋ, ਅੱਜ ਦੇ ਸਮੇਂ ਦੇ ਵਿੱਚ ਰੱਬ ਨੂੰ ਬਹੁਤ ਸਲਾਹਾਂ ਦਿੱਤੀਆਂ ਜਾਂਦੀਆਂ ਨੇ, ਰੱਬ ਜੀ ਇੱਦਾਂ ਕਰ ਦਿਓ, ਰੱਬ ਜੀ ਇੱਦਾਂ ਕਰ ਦਿਓ। ਕਿਸੇ ਦੇ ਘਰ ਵਿੱਚ ਰੱਬ ਨੇ ਧੀ ਦੇਣੀ ਹੈ, ਅਤੇ ਉਹ ਕਿਤੇ ਬੰਦਾ ਕਿਸੇ ਬਾਬਾ ਜੀ ਕੋਲ ਚਲ ਗਿਆ, ਬਾਬਾ ਜੀ ਅੱਗੇ ਅਰਦਾਸਾਂ ਕਰਕੇ ਨਾ ਰੱਬ ਨੂੰ ਸਲਾਹਾਂ ਦੇ ਰਹੇ ਨੇ, ਰੱਬ ਜੀ ਮੁੰਡਾ ਦੇ ਦਿਓ ਇਹਨਾਂ ਨੂੰ, ਵੀ ਭਲਿਆ ਤੇਰਾ ਮਸ਼ਵਰਾ, ਤੇਰੀ ਸਲਾਹ ਰੱਬ ਨੇ ਸੁਣਨੀ ਹੈ। ਜੋ ਵੀ ਉਹਦੇ ਸਿਸਟਮ ਦੇ ਵਿੱਚ ਹੋਣਾ ਹੋਵੇਗਾ, ਉਹ ਰੱਬ ਜੀ ਦੇ ਸਿਸਟਮ ਦੇ ਵਿੱਚ ਹੋ ਜਾਣਾ।
ਉੱਥੇ ਨਾ ਮਾਂ ਦੀ ਚੱਲਣੀ ਹੈ ਨਾ ਪਿਓ ਦੀ ਚੱਲਣੀ ਹੈ। ਰੱਬ ਜੀ ਦੇ ਸਿਸਟਮ ਦੇ ਵਿੱਚ ਜੇ ਪੁੱਤ ਨੇ ਆਉਣਾ ਤਾਂ ਆ ਜਾਣਾ, ਜੇ ਧੀ ਨੇ ਆਉਣਾ ਤਾਂ ਆ ਜਾਣਾ। ਉੱਥੇ ਇਹਨਾਂ ਪਖੰਡੀ ਬਾਬਿਆਂ ਦੀਆਂ ਅਰਦਾਸਾਂ ਦੇ ਨਾਲ ਕੁਝ ਨਹੀਂ ਹੋਣਾ। ਸਾਇੰਸ ਤਾਂ ਅੱਜ ਸਾਰੀਆਂ ਇਹਨਾਂ ਗੱਲਾਂ ਨੂੰ ਪ੍ਰੂਵ ਕਰਦੀ ਵੀ ਜੋ ਵੀ ਹੋ ਰਿਹਾ ਰੱਬੀ ਸਿਸਟਮ ਦੇ ਵਿੱਚ ਹੋ ਰਿਹਾ। ਉੱਥੇ ਨਾ ਜੇ ਕਿਸੇ ਦੇ ਘਰ ਵਿੱਚ ਧੀ ਪੈਦਾ ਹੋ ਜਾਵੇ ਉੱਥੇ ਨਾ ਉਹਦੀ ਮਾਂ ਦੀ ਗਲਤੀ ਹੁੰਦੀ ਹੈ ਅਤੇ ਨਾ ਉਹਦੇ ਬਾਪ ਦੀ ਗਲਤੀ ਹੁੰਦੀ ਹੈ। ਵੈਸੇ ਤਾਂ ਧੀ ਦਾ ਕੋਈ ਪੈਦਾ ਹੋਣਾ ਇਹ ਕੋਈ ਗਲਤੀ ਹੈ ਹੀ ਨਹੀਂ, ਪਰ ਦੁਨੀਆ ਦੇ ਲੋਕ ਇਹ ਗੱਲ ਆਖਦੇ ਨੇ ਨਾ ਵੀ ਧੀ ਪੈਦਾ ਹੋ ਗਈ ਜੀ ਇਹ ਤਾਂ ਬਹੁਤ ਵੱਡਾ ਕੰਮ ਖਰਾਬ ਹੋ ਗਿਆ। ਪਰ ਗੁਰੂ ਪਾਤਸ਼ਾਹ ਨੇ ਆਖਿਆ ਵੀ ਇਹਦੇ ਵਿੱਚ ਕਿਸੇ ਦਾ ਰੋਲ ਨਹੀਂ ਹੈ, ਨਾ ਮਾਂ ਦਾ ਰੋਲ ਹੈ ਨਾ ਪਿਓ ਦਾ ਰੋਲ, ਇਹ ਤਾਂ ਰੱਬ ਦੇ ਸਿਸਟਮ ਦੇ ਵਿੱਚ ਜੈਸਾ ਹੋਣਾ ਵੈਸਾ ਹੋ ਰਿਹਾ। ਪਰ ਜਦੋਂ ਲੋਕ ਇਹਨਾਂ ਗੱਲਾਂ ਨੂੰ ਨਹੀਂ ਸਮਝਦੇ ਤਾਂ ਇਹਨਾਂ ਪਖੰਡੀਆਂ ਵਾਲੇ ਪਾਸੇ ਨੂੰ ਤੁਰ ਪੈਂਦੇ ਅਤੇ ਇਹ ਪਖੰਡੀ ਅੱਗਿਓਂ ਦੀ ਅਰਦਾਸਾਂ ਕਰਦੇ ਨੇ ਇੱਦਾਂ ਦੀਆਂ। ਇਹਦਾ ਮਤਲਬ ਰੱਬ ਨੂੰ ਸਲਾਹ ਹੀ ਦਿੱਤੀ ਜਾ ਰਹੀ ਹੈ ਨਾ, ਰੱਬ ਜੀ ਇੱਦਾਂ ਕਰ ਦਿਓ। ਰੱਬ ਇਹਨਾਂ ਲੋਕਾਂ ਦੀ ਸਲਾਹ ਸੁਣਨ ਵਾਸਤੇ ਬੈਠਾ ਵੀ ਇਹ ਰੱਬ ਨੂੰ ਕਹਿੰਦੇ ਹੁਣ ਰੱਬ ਜੀ ਤੁਸੀਂ ਇੱਦਾਂ ਕਰਨ ਲੱਗੇ ਹੋ, ਨਹੀਂ ਨਹੀਂ ਤੁਸੀਂ ਇੱਦਾਂ ਕਰੋ। ਇਹਦਾ ਮਤਲਬ ਇਹ ਲੋਕ ਰੱਬ ਨਾਲੋਂ ਵੀ ਵੱਡੇ ਹੋ ਗਏ ਹੁਣ। ਤਾਂ ਹੀ ਤੁਸੀਂ ਵੇਖੋ ਨਾ ਜਿੰਨੇ ਵੀ ਡੇਰੇਦਾਰ ਨੇ ਸਾਰੇ ਪੁੱਤਾਂ ਦੀ ਫੈਕਟਰੀ ਲਾ ਕੇ ਬੈਠੇ ਹੋਏ ਨੇ, ਧੀ ਕੋਈ ਨਹੀਂ ਜੇ ਦਿੰਦਾ, ਸਾਰੇ ਡੇਰੇਦਾਰ ਪੋਤੀ ਵੰਡੀ ਜਾਂਦੇ ਨੇ। ਵੀ ਕੋਈ ਡੇਰੇਦਾਰ ਐਸਾ ਅੱਜ ਤੱਕ ਮੈਂ ਨਹੀਂ ਵੇਖਿਆ ਜਿਹੜਾ ਧੀਆਂ ਦੀ ਫੈਕਟਰੀ ਲਾ ਕੇ ਬੈਠਾ ਹੋਵੇ, ਧੀਆਂ ਦੀਆਂ ਅਰਦਾਸਾਂ ਵੀ ਕਰਦਾ ਹੋਵੇ, ਨਹੀਂ ਤਾਂ ਸਾਰੇ ਪੁੱਤ ਦੇ ਰਹੇ ਨੇ। ਇੱਥੋਂ ਤੱਕ ਸਮਾਜ ਦਾ ਅੱਜ ਬੇੜਾ ਗਰਕ ਹੋ ਚੁੱਕਿਆ। ਜਦਕਿ ਇਹ ਗੱਲ ਕਲੀਅਰ ਹੈ ਵੀ ਕਿਸੇ ਪਖੰਡੀ ਦੇ ਹੱਥ ਵਿੱਚ ਕੁਝ ਨਹੀਂ ਹੈਗਾ, ਪਰ ਲੋਕ ਫਿਰ ਵੀ ਤੁਰੇ ਨੇ ਇਹਨਾਂ ਦੇ ਕੋਲ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਦੀ ਜੀਵਨੀ ਜਦੋਂ ਪੜ੍ਹਦੇ ਹਾਂ, ਬੜੀ ਮਹਾਨ ਜੀਵਨੀ ਹੈ ਉਹਨਾਂ ਦੀ, ਪਰ ਕਈ ਲੋਕਾਂ ਨੂੰ ਸ਼ਾਇਦ ਸੱਚਾ ਸਿੱਖ ਇਤਿਹਾਸ ਜਿਹੜਾ ਹੈ ਉਹ ਪਸੰਦ ਨਹੀਂ ਆਇਆ। ਅੱਜ ਉਹਨਾਂ ਦਾ ਪ੍ਰਕਾਸ਼ ਦਿਹਾੜਾ ਆਪਾਂ ਮਨਾ ਰਹੇ ਹਾਂ, ਉਹਨਾਂ ਦੇ ਪ੍ਰਕਾਸ਼ ਨੂੰ ਲੈ ਕੇ ਬਹੁਤ ਸਾਰੀਆਂ ਕੰਟਰੋਵਰਸੀਜ਼ ਨੇ, ਕਿਉਂਕਿ ਕੁਝ ਐਸੀਆਂ ਕਹਾਣੀਆਂ ਉਹਨਾਂ ਦੇ ਨਾਮ ਦੇ ਨਾਲ ਜੋੜ ਕੇ ਪ੍ਰਚਲਿਤ ਕਰ ਦਿੱਤੀਆਂ ਗਈਆਂ ਜਿਹੜੀਆਂ ਕਹਾਣੀਆਂ ਗੁਰਬਾਣੀ ਦੇ ਆਧਾਰ ਦੇ ਉੱਤੇ ਖਰੀਆਂ ਨਹੀਂ ਉਤਰਦੀਆਂ। ਗੁਰਬਾਣੀ ਦਾ ਵਾਕ ਹੈ ਨਾ, ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ। ਮਾਤਾ ਪਿਤਾ ਦੇ ਸੰਯੋਗ ਤੋਂ ਬਗੈਰ ਬਾਲ ਦਾ ਮਤਲਬ ਇੱਥੇ ਹੈ ਬੱਚਾ, ਉਹ ਭਾਵੇਂ ਧੀ ਹੋਵੇ ਭਾਵੇਂ ਪੁੱਤਰ ਹੋਵੇ। ਮਾਤਾ ਪਿਤਾ ਦੇ ਸੰਯੋਗ ਤੋਂ ਬਿਨਾਂ ਬੱਚਾ ਇਸ ਸੰਸਾਰ ਦੇ ਵਿੱਚ ਨਹੀਂ ਆ ਸਕਦਾ, ਇਹ ਗੁਰਬਾਣੀ ਦਾ ਵਾਕ, ਗੁਰਬਾਣੀ ਦਾ ਫੈਸਲਾ ਹੈ। ਪਰ ਜਦੋਂ ਆਪਾਂ ਬੁੱਢਾ ਜੀ ਦੀ ਗੱਲ ਕਰਦੇ ਹਾਂ, ਮਾਤਾ ਗੰਗਾ ਜੀ ਦੀ ਗੱਲ ਕਰਦੇ ਹਾਂ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਗੱਲ ਕਰਦੇ ਹਾਂ, ਕਿਉਂਕਿ ਕੁਝ ਐਸੀਆਂ ਗੱਲਾਂ ਪ੍ਰਚਲਿਤ ਕਰ ਦਿੱਤੀਆਂ ਗਈਆਂ ਜਿਹੜੀਆਂ ਗੁਰਬਾਣੀ ਦੇ ਆਧਾਰ ਦੇ ਉੱਤੇ ਖਰੀਆਂ ਹੀ ਨਹੀਂ ਉਤਰੀਆਂ। ਪਰ ਸਾਨੂੰ ਇਹ ਕਹਿ ਕੇ ਸੁਣਾਇਆ ਗਿਆ ਜੀ ਇਹ ਸਾਡਾ ਸਿੱਖ ਇਤਿਹਾਸ ਹੈ। ਇੱਕ ਬੇਨਤੀ ਕਰਨੀ ਚਾਹਾਂਗਾ, ਇੱਕ ਕਿਤਾਬ ਲਿਖੀ ਗਈ ਗੁਰਬਿਲਾਸ ਪਾਤਸ਼ਾਹੀ ਛੇਵੀਂ, ਇਸ ਤਰ੍ਹਾਂ ਦੀਆਂ ਵੈਸੇ ਇਤਿਹਾਸਕ ਕਿਤਾਬਾਂ ਨਾ ਬਹੁਤ ਸਾਰੀਆਂ ਨੇ, ਜੇ ਕਦੀ ਤੁਸੀਂ ਖੁਦ ਪੜ੍ਹ ਕੇ ਵੇਖੋ ਨਾ ਤੁਸੀਂ ਹੈਰਾਨ ਹੋ ਜਾਓਗੇ ਵੀ ਜਿਨ੍ਹਾਂ ਨੂੰ ਅਸੀਂ ਆਪਣੇ ਇਤਿਹਾਸ ਦੇ ਸੋਮੇ ਮੰਨਦੇ ਪਏ ਹਾਂ ਵੀ ਇਹਦੇ ਵਿੱਚੋਂ ਸਾਡਾ ਇਤਿਹਾਸ ਹੈ, ਉਹਨਾਂ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਗੁਰੂ ਸਾਹਿਬਾਨ ਦੀ ਰੱਜ ਕੇ ਨਿੰਦਾ ਕੀਤੀ ਹੋਈ ਹੈ। ਰੱਜ ਕੇ ਮਤਲਬ ਗੁਰਮਤ ਵਾਲੀ ਗੱਲ ਤਾਂ ਕਿਤੇ ਸ਼ਾਇਦ ਕਿਤੇ ਮਿਲ ਜਾਵੇ, ਪਰ ਨਿੰਦਾ ਰੱਜ ਕੇ ਮਿਲਦੀ ਹੈ। ਕਿਤੇ ਸਾਨੂੰ ਉਹ ਗੱਲਾਂ ਇਮੋਸ਼ਨਲ ਕਰਕੇ ਸੁਣਾ ਦਿੱਤੀਆਂ ਗਈਆਂ ਅਤੇ ਅਸੀਂ ਵੀ ਉਹਨਾਂ ਗੱਲਾਂ ਦੇ ਉੱਤੇ ਯਕੀਨ ਕਰ ਬੈਠੇ। ਮੈਂ ਟੂਕ ਮਾਤਰ ਹੀ ਇੱਥੇ ਗੱਲ ਸਾਂਝੀ ਕਰਾਂਗਾ। ਜਿਹੜੀ ਇਹ ਗੱਲ ਆਖੀ ਜਾਂਦੀ ਹੈ ਕਿ ਗੁਰੂ ਅਰਜਨ ਪਾਤਸ਼ਾਹ ਦੇ ਘਰ ਪੁੱਤਰ ਪੈਦਾ ਨਹੀਂ ਸੀ ਹੁੰਦਾ, ਹੁਣ ਪੁੱਤਰ ਪੈਦਾ ਨਹੀਂ ਹੋ ਰਿਹਾ, ਮਾਤਾ ਗੰਗਾ ਜੀ ਜਿਹੜੇ ਨੇ ਪੁੱਤਰ ਨਹੀਂ ਪੈਦਾ ਹੋ ਰਿਹਾ, ਅਤੇ ਗੁਰੂ ਅਰਜਨ ਪਾਤਸ਼ਾਹ ਨੂੰ ਆ ਕੇ ਕਹਿੰਦੇ ਨੇ ਵੀ ਪਾਤਸ਼ਾਹ ਸਾਡੇ ਘਰ ਦੇ ਵਿੱਚ ਪੁੱਤਰ ਪੈਦਾ ਨਹੀਂ ਹੋ ਰਿਹਾ, ਕੀ ਕੀਤਾ ਜਾਵੇ। ਹੁਣ ਵੇਖੋ ਪਹਿਲੀ ਗੱਲ ਤਾਂ ਇਹ ਕਿ ਗੁਰਮਤ ਦੇ ਵਿੱਚ ਧੀ ਪੁੱਤ ਦਾ ਵਿਤਕਰਾ ਕਦੀ ਕੀਤਾ ਹੀ ਨਹੀਂ ਗਿਆ ਵੀ ਕਿਤੇ ਇਹ ਗੱਲ ਹੋਵੇ ਵੀ ਮਾਤਾ ਗੰਗਾ ਜੀ ਨੂੰ ਕੇਵਲ ਪੋਤੀ ਚਾਹੀਦਾ। ਪਰ ਗੁਰਬਿਲਾਸ ਪਾਤਸ਼ਾਹੀ ਛੇਵੀਂ ਨਾਂ ਦੀ ਜਿਹੜੀ ਕਿਤਾਬ ਹੈ ਨਾ, ਉਹਦੇ ਵਿੱਚ ਇਸੇ ਤਰ੍ਹਾਂ ਇਹ ਜਿਹੜੀ ਕਹਾਣੀ ਆ ਰਹੀ ਉਸ ਕਿਤਾਬ ਦੇ ਵਿੱਚੋਂ ਆ ਰਹੀ, ਅਤੇ ਉਸ ਕਿਤਾਬ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕਰੈਕਟਰ ਨੂੰ ਬਹੁਤ ਨੀਵਾਂ ਕਰਕੇ ਪੇਸ਼ ਕੀਤਾ ਗਿਆ, ਇੱਥੋਂ ਤੱਕ ਵਿਭਚਾਰੀ ਤੱਕ ਵਿਖਾਇਆ ਗਿਆ ਗੁਰੂ ਹਰਗੋਬਿੰਦ ਸਾਹਿਬ ਨੂੰ। ਅਤੇ ਉਹਨਾਂ ਕਿਤਾਬਾਂ ਦੇ ਵਿੱਚੋਂ ਸਾਡੇ ਢਾਡੀ ਵੀਰ ਮੇਰੇ ਵਰਗੇ ਪ੍ਰਚਾਰਕ ਅੱਧੀ ਪਚੱਧੀ ਸਾਖੀ ਲੈ ਲੈਂਦੇ ਨੇ, ਉਹ ਸੰਗਤ ਦੇ ਸਾਹਮਣੇ
ਥੋੜ੍ਹਾ ਜਿਹਾ ਮਸਾਲਾ ਜਿਹਾ ਲਾ ਕੇ ਸੁਣਾ ਦਿੰਦੇ ਨੇ, ਬਾਕੀ ਜਿਹੜੀ ਅਸਲ ਗੱਲ ਹੈ ਉਹ ਸੁਣਾਉਂਦੇ ਨਹੀਂ। ਅਤੇ ਮੰਨ ਲਓ ਅੱਧੀ ਸੁਣਾਤੀ, ਕੱਲ੍ਹ ਨੂੰ ਪੂਰੀ ਸਾਡੇ ਬੱਚੇ ਨੇ ਉਸ ਕਿਤਾਬ ਦੇ ਵਿੱਚੋਂ ਪੜ੍ਹ ਲਈ, ਅਤੇ ਉਹ ਤਾਂ ਗੁਰੂ ਸਾਹਿਬ ਦੇ ਕਰੈਕਟਰ ਦੇ ਉੱਤੇ ਸ਼ੰਕਾ ਹੀ ਕਰੇਗਾ ਨਾ। ਉਹ ਕਿਸ ਢੰਗ ਨਾਲ, ਮਤਲਬ ਇਹ ਕੱਚ ਸੁਣਾਇਆ ਜਾ ਰਿਹਾ। ਸਾਖੀ ਪਤਾ ਕੀ ਹੁੰਦੀ ਹੈ? ਜਿਹ ਤੋਂ ਸਾਨੂੰ ਸਿੱਖਿਆ ਮਿਲਦੀ ਹੋਵੇ, ਜਿਹਦੇ ਬਾਰੇ ਪਾਤਸ਼ਾਹ ਕਹਿੰਦੇ ਨਾ, ਗੁਰਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ। ਗੁਰਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਿਆਰਾ। ਗੁਰੂ ਦੀ ਸਾਖੀ ਤਾਂ ਸਾਡੇ ਅੰਦਰੋਂ ਹਨੇਰਾ ਖਤਮ ਕਰਦੀ ਹੈ, ਭਾਵ ਗੁਰੂ ਦੀ ਸਿੱਖਿਆ ਸਾਡੇ ਅੰਦਰੋਂ ਹਨੇਰਾ ਖਤਮ ਕਰਦੀ, ਪਰ ਇਹ ਸਾਡੇ ਅੰਦਰ ਹਨੇਰਾ ਬਣਾਇਆ ਗਿਆ ਇਹਨਾਂ ਗ੍ਰੰਥਾਂ ਦੇ ਨਾਲ। ਅਤੇ ਉੱਥੇ ਗੱਲ ਆਖੀ ਗਈ ਵੀ ਇਸ ਤਰ੍ਹਾਂ ਮਾਤਾ ਗੰਗਾ ਜੀ ਨੇ ਆ ਕੇ ਕਿਹਾ ਵੀ ਘਰ ਦੇ ਵਿੱਚ ਪੁੱਤ ਪੈਦਾ ਨਹੀਂ ਹੁੰਦਾ, ਅਤੇ ਗੁਰੂ ਅਰਜਨ ਸਾਹਿਬ ਨੇ ਆਖਿਆ ਵੀ ਬਾਬਾ ਬੁੱਢਾ ਜੀ ਦੇ ਕੋਲ ਜਾਓ, ਬਾਬਾ ਬੁੱਢਾ ਜੀ ਕੋਲ ਜਾਓਗੇ ਤੁਹਾਨੂੰ ਉਹ ਵਰ ਦੇਣਗੇ ਅਤੇ ਪੁੱਤ ਪੈਦਾ ਹੋ ਜਾਵੇਗਾ। ਹੁਣ ਪਹਿਲੀ ਗੱਲ ਤਾਂ ਵੇਖੋ, ਗੁਰਮਤਿ ਦੇ ਵਿੱਚ ਵਰ ਅਤੇ ਸ਼ਰਾਪ ਨੂੰ ਕੋਈ ਥਾਂ ਨਹੀਂ ਹੈ। ਭਾਈ ਗੁਰਦਾਸ ਜੀ ਨੇ ਲਿਖਿਆ, ਪਾਰ ਪਰੈ ਲੰਘ ਵਰੈ ਸ਼ਰਾਪੈ। ਜਿਹੜਾ ਸੱਚਾ ਗੁਰਸਿੱਖ ਹੈ ਨਾ, ਉਹ ਵਰ ਅਤੇ ਸ਼ਰਾਪ ਵਾਲੇ ਪਾਸੇ ਤੋਂ ਦੂਰ ਲੰਘ ਚੁੱਕਿਆ ਹੁੰਦਾ, ਕਿਉਂਕਿ ਵਰ ਅਤੇ ਸ਼ਰਾਪ ਦੇਣੇ ਇਹ ਗੁਰਮਤਿ ਦੀ ਮਰਿਆਦਾ ਨਹੀਂ ਹੈ। ਇਹ ਪੁਜਾਰੀਵਾਦ ਦੇ ਵਿੱਚ ਹੁੰਦਾ ਸੀ, ਇਹ ਸਭ ਕੁਛ ਇਹ ਬ੍ਰਾਹਮਣਵਾਦ ਹੈ। ਉਹ ਕਿਸੇ ਨੂੰ ਵਰ ਵੀ ਦਿੰਦਾ ਸੀਗਾ ਅਤੇ ਕਿਸੇ ਨੂੰ ਸ਼ਰਾਪ ਵੀ ਦਿੰਦਾ ਸੀ। ਗੁਰਮਤਿ ਦੇ ਵਿੱਚ ਕੇਵਲ ਬਖਸ਼ਿਸ਼ ਦਾ, ਰਹਿਮਤ ਦਾ, ਮਿਹਰ ਦਾ ਸਿਧਾਂਤ ਹੈ, ਵਰ ਸ਼ਰਾਪ ਦਾ ਕੋਈ ਸਿਧਾਂਤ ਨਹੀਂ। ਵੀ ਕਿਸੇ ਨੂੰ ਵਰ ਦੇ ਕੇ ਕਿਸੇ ਦਾ ਭਲਾ ਕਰਤਾ, ਕਿਸੇ ਨੂੰ ਸ਼ਰਾਪ ਦੇ ਕੇ ਕਿਸੇ ਦਾ ਨੁਕਸਾਨ ਕਰ ਦਿੱਤਾ, ਇਹੋ ਜਿਹੀ ਗੱਲ ਗੁਰਮਤਿ ਦੇ ਵਿੱਚ ਨਹੀਂ ਆਉਂਦੀ। ਪਰ ਤੁਸੀਂ ਵੇਖੋ, ਕਹਾਣੀ ਪ੍ਰਚਲਿਤ ਕੀਤੀ ਗਈ ਵੀ ਗੁਰੂ ਅਰਜਨ ਪਾਤਸ਼ਾਹ ਨੇ ਆਖਿਆ ਵੀ ਜਾਓ ਤੁਸੀਂ, ਅਤੇ ਮਾਤਾ ਜੀ ਰੱਥ ਦੇ ਉੱਤੇ ਬਹਿ ਕੇ ਆਪਣੀਆਂ ਚੇਲੀਆਂ ਦੇ ਨਾਲ ਗਏ, ਇਹੀ ਉਸ ਗ੍ਰੰਥ ਦੇ ਵਿੱਚ ਲਿਖਿਆ ਹੋਇਆ। ਅਤੇ ਜਦੋਂ ਉੱਥੇ ਪਹੁੰਚੇ ਬਾਬਾ ਬੁੱਢਾ ਜੀ ਦੇ ਸਾਹਮਣੇ, ਤਾਂ ਬਾਬਾ ਬੁੱਢਾ ਜੀ ਨੇ ਇਹ ਗੱਲ ਆਖੀ, ਗੁਰੂ ਕਿਆਂ ਨੂੰ ਕੀ ਭਾਜੜਾਂ ਪੈ ਗਈਆਂ। ਇੱਦਾਂ ਹੀ ਸੁਣਾਉਂਦੇ ਨਾ ਸਾਨੂੰ ਵੀ ਗੁਰੂ ਕਿਆਂ ਨੂੰ ਕੀ ਭਾਜੜਾਂ ਪੈ ਗਈਆਂ। ਹੁਣ ਪਹਿਲੀ ਗੱਲ, ਤੁਸੀਂ ਬਾਬਾ ਬੁੱਢਾ ਜੀ ਨੂੰ ਸੱਚਾ ਗੁਰਸਿੱਖ ਨਹੀਂ ਮੰਨਦੇ? ਮੈਂ ਤਾਂ ਮੰਨਦਾ। ਜਿਹੜਾ ਸੱਚਾ ਗੁਰਸਿੱਖ ਹੈ ਨਾ, ਉਹਦਾ ਜੀਵਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਕੋਰਡਿੰਗ ਹੈ, ਕਿਉਂਕਿ ਉਹ ਗੁਰਸਿੱਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਣੀ ਜ਼ਿੰਦਗੀ 'ਚ ਕਮਾ ਰਿਹਾ। ਅਤੇ ਬਾਬਾ ਬੁੱਢਾ ਜੀ ਨੂੰ ਇਹ ਗੱਲ ਨਾ ਪਤਾ ਹੋਵੇ ਤਾਂ ਹੋ ਹੀ ਨਹੀਂ ਸਕਦਾ ਨਾ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ। ਵੀ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਮਿੱਠਾ ਬੋਲਣਾ ਚਾਹੀਦਾ, ਕਿ ਬਾਬਾ ਬੁੱਢਾ ਜੀ ਦੀ ਜ਼ੁਬਾਨ ਦੇ ਉੱਤੇ ਇਹੋ ਜਿਹੇ ਭੈੜੇ ਲਫ਼ਜ਼ ਆ ਸਕਦੇ ਨੇ, ਉਹ ਵੀ ਗੁਰੂ ਅਰਜਨ ਸਾਹਿਬ ਦੀ ਪਤਨੀ ਦੇ ਬਾਰੇ ਦੇ ਵਿੱਚ। ਵੀ ਇਹ ਗੱਲ ਆਖੀ ਵੀ ਗੁਰੂ ਕਿਆਂ ਨੂੰ ਕੀ ਭਾਜੜਾਂ ਪੈ ਗਈਆਂ। ਇਹ ਦਰਅਸਲ ਇੱਕ ਕਵੀ ਸੋਹਣ ਹੋਇਆ, ਉਸ ਕਵੀ ਸੋਹਣ ਨੇ ਗੁਰਬਿਲਾਸ ਪਾਤਸ਼ਾਹੀ ਛੇਵੀਂ ਨਾਮ ਦਾ ਗ੍ਰੰਥ ਲਿਖਿਆ ਅਤੇ ਗੁਰੂ ਸਾਹਿਬ ਦੀ ਰੱਜ ਕੇ ਨਿੰਦਾ ਕੀਤੀ। ਕਰੈਕਟਰਲੈਸ ਤੱਕ ਗੁਰੂ ਹਰਗੋਬਿੰਦ ਸਾਹਿਬ ਨੂੰ ਪੇਸ਼ ਕੀਤਾ ਗਿਆ ਉਸ ਗ੍ਰੰਥ ਦੇ ਵਿੱਚ। ਪਰ ਸਾਡੇ ਵੱਡੇ ਵੱਡੇ ਜਥੇਦਾਰਾਂ ਨੇ ਆਖਿਆ ਇਹਦੀ ਕਥਾ ਹੋਣੀ ਚਾਹੀਦੀ ਗੁਰਦੁਆਰਿਆਂ ਦੇ ਵਿੱਚ। ਸਾਨੂੰ ਤਾਂ ਸਗੋਂ ਸੁਚੇਤ ਹੋਣਾ ਸੀ, ਕਥਾ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਹੋ ਸਕਦੀ ਹੈ। ਇਹ ਕੱਚ ਪਿੱਲ ਜਿਹੜਾ ਸਾਡੇ 'ਚ ਆ ਗਿਆ ਨਾ, ਅੱਜ ਸਾਨੂੰ ਇਸ ਕੱਚ ਪਿੱਲ ਨੂੰ ਕੱਢਣ ਵਾਸਤੇ ਗੁਰਦੁਆਰੇ ਵਿੱਚ ਇਹ ਗੱਲਾਂ ਕਰਨੀਆਂ ਪੈਂਦੀਆਂ ਨੇ, ਤਾਂ ਕਿ ਸਾਡੇ ਦਿਮਾਗ ਦੇ ਵਿੱਚੋਂ ਇਹ ਕੱਚ ਪਿੱਲ ਜਿਹੜਾ ਹੈ ਉਹ ਨਿਕਲ ਸਕੇ। ਪਰ ਅਸੀਂ ਇਹਨੂੰ ਸਾਂਭ ਕੇ ਬੈਠੇ ਹੋਏ, ਹਜੇ ਤੱਕ ਇਹਦੀ ਸਫਾਈ ਕਰਨੀ ਪਏਗੀ। ਇਹ ਤਾਂ ਇਹ ਗੱਲਾਂ ਗੁਰਬਾਣੀ ਦੇ ਆਧਾਰ ਦੇ ਉੱਤੇ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਵੀ ਸਾਧ ਸੰਗਤ ਜੀ ਗੱਲਾਂ ਝੂਠੀਆਂ ਨੇ, ਜਿੰਨੀ ਛੇਤੀ ਇਹਨਾਂ ਤੋਂ ਦੂਰ ਹੋ ਜਾਵਾਂਗੇ ਉਹਨਾਂ ਚੰਗਾ ਰਹੇਗਾ। ਅਤੇ ਉਹ ਇਹ ਕਹਿੰਦੇ ਵਿਖਾਤਾ ਵੀ ਬਾਬਾ ਬੁੱਢਾ ਜੀ ਇਹ ਗੱਲ ਕਹਿ ਰਹੇ ਨੇ, ਗੁਰੂ ਕਿਆਂ ਨੂੰ ਕੀ ਭਾਜੜਾਂ ਪੈ ਗਈਆਂ। ਅਤੇ ਨਾਲੇ ਬਾਬਾ ਬੁੱਢਾ ਜੀ ਨੇ ਮਾਤਾ ਜੀ ਨੂੰ ਸ਼ਰਾਪ ਦੇ ਦਿੱਤਾ, ਇਹ ਗੱਲ ਆਖ ਕੇ ਇਸ ਤਰ੍ਹਾਂ ਉਹ 'ਚ ਲਿਖੀ ਹੋਈ। ਕਹਿੰਦੇ ਜੀ ਮਾਤਾ ਜੀ ਵਾਪਸ ਆ ਗਏ ਅਤੇ ਗੁਰੂ ਅਰਜਨ ਪਾਤਸ਼ਾਹ ਨੂੰ ਆ ਕੇ ਕਹਿੰਦੇ ਨੇ ਵੀ ਹੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਮੈਂ ਬਾਬਾ ਬੁੱਢਾ ਜੀ ਦੇ ਕੋਲ ਗਈ ਸੀ ਪਰ ਬਾਬਾ ਬੁੱਢਾ ਜੀ ਨੇ ਸ਼ਰਾਪ ਦੇ ਕੇ ਮੈਨੂੰ ਵਾਪਸ ਤੋਰਤਾ। ਹੁਣ ਪਹਿਲੀ ਗੱਲ, ਬਾਬਾ ਬੁੱਢਾ ਜੀ ਸ਼ਰਾਪ ਦੇ ਸਕਦੇ ਨੇ? ਸੋਚਣ ਵਾਲੀ ਗੱਲ। ਅਤੇ ਮਾਤਾ ਜੀ ਨੇ ਆ ਕੇ ਦੱਸਿਆ ਮੈਂ ਗਈ ਸੀ, ਮੈਨੂੰ ਵਾਪਸ ਤੋਰ ਦਿੱਤਾ। ਗੁਰੂ ਅਰਜਨ ਪਾਤਸ਼ਾਹ ਨੇ ਆਖਿਆ ਕਿਵੇਂ ਗਈ ਸੀ ਤੂੰ? ਕਹਿੰਦੇ ਜੀ ਮੈਂ ਤਾਂ ਰੱਥ ਦੇ ਉੱਤੇ ਬਹਿ ਕੇ ਗਈ ਸੀ, ਨਾਲੇ ਚੇਲੀਆਂ ਨਾਲ ਲੈ ਕੇ ਗਈ ਸੀ। ਅਤੇ ਬਾਬਾ ਬੁੱਢਾ ਜੀ ਨੇ ਆਖਿਆ ਵੀ ਤੂੰ ਰੱਥ 'ਤੇ ਬਹਿ ਕੇ ਨਹੀਂ ਜਾਣਾ, ਚੇਲੀਆਂ ਨਾਲ ਲੈ ਕੇ ਨਹੀਂ ਜਾਣਾ, ਇੱਦਾਂ ਕਰ ਤੂੰ ਮਿੱਸੇ ਪ੍ਰਸ਼ਾਦੇ ਤਿਆਰ ਕਰ, ਨਾਲ ਤੂੰ ਲੈ ਗੰਢਾ, ਨਾਲ ਮੱਖਣ ਲੈ, ਦੁਬਾਰਾ ਜਾ ਪੈਦਲ ਅਤੇ ਨੰਗੇ ਪੈਰੀ ਜਾ, ਫਿਰ ਵੇਖੀ ਤੇਰੀ ਆਸ ਕਿਵੇਂ ਪੂਰੀ ਹੁੰਦੀ ਹੈ। ਵੇਖੋ ਇੱਦਾਂ ਦੀਆਂ ਕਹਾਣੀਆਂ ਸੁਣਾ ਸੁਣਾ ਕੇ ਨਾ, ਵੀ ਪੁੱਤਰ ਪ੍ਰਾਪਤੀ ਵਾਸਤੇ ਸਭ ਕੁਛ ਕੀਤਾ, ਜਿਹੜੇ ਅੱਜ ਦੇ ਪਖੰਡੀ ਬਾਬੇ ਨੇ ਨਾ ਉਹਨਾਂ ਨੂੰ ਬੜੀ ਵੱਡੀ ਸ਼ਹਿ ਮਿਲੀ ਇਹਨਾਂ ਕਹਾਣੀਆਂ ਤੋਂ।
ਉਹਨਾਂ ਨੇ ਵੀ ਲੋਕਾਂ ਨੂੰ ਮੁੰਡੇ ਵੰਡਣੇ ਸ਼ੁਰੂ ਕੀਤੇ ਅਤੇ ਉਹਨਾਂ ਨੂੰ ਕਿਸੇ ਨੇ ਆਖਿਆ ਵੀ ਤੁਸੀਂ ਧੀਆਂ ਕਿਉਂ ਨਹੀਂ ਦਿੰਦੇ, ਇਕੱਲੇ ਮੁੰਡੇ ਕਿਉਂ ਦਿੰਦੇ ਨੇ? ਲੈ ਉਹ ਕਹਿੰਦੇ ਜੀ ਬਾਬਾ ਬੁੱਢਾ ਜੀ ਤਾਂ ਪੁੱਤਰਾਂ ਦੇ ਦਾਨੀ ਨੇ, ਅਸੀਂ ਪੁੱਤਰਾਂ ਦੇ ਦਾਨੀ ਬਣ ਗਏ ਤਾਂ ਕਿਹੜੀ ਮਾੜੀ ਗੱਲ ਹੈ? ਇੱਦਾਂ ਹੀ ਕਿਹਾ ਜਾਂਦਾ ਬਾਬਾ ਬੁੱਢਾ ਜੀ ਪੁੱਤਰਾਂ ਦੇ ਦਾਨੀ, ਕਿਉਂ ਬਾਬਾ ਬੁੱਢਾ ਜੀ ਧੀ ਨਹੀਂ ਸੀ ਦਿੰਦੇ? ਜੇ ਮਤਲਬ ਪੁੱਤ ਦਿੰਦੇ ਸੀ ਤਾਂ ਧੀ ਵੀ ਤਾਂ ਦੇਣੀ ਚਾਹੀਦੀ ਸੀ ਨਾ। ਅਸਲ ਦੇ ਵਿੱਚ ਇਹ ਗੱਲਾਂ ਬਾਅਦ 'ਚ ਜੋੜੀਆਂ ਗਈਆਂ, ਕਹਾਣੀਆਂ ਬਣਾ ਕੇ ਸਾਡੇ ਸਾਹਮਣੇ ਪੇਸ਼ ਕੀਤੀਆਂ ਗਈਆਂ, ਅਸੀਂ ਇਹਨਾਂ ਨੂੰ ਸੱਚਾ ਮੰਨ ਲਿਆ। ਕੀ ਬਾਬਾ ਬੁੱਢਾ ਜੀ ਦਾ ਧੀਆਂ ਦੇ ਨਾਲ ਕੋਈ ਵੈਰ ਸੀਗਾ? ਕਿ ਬਾਬਾ ਬੁੱਢਾ ਜੀ ਧੀਆਂ ਤੋਂ ਨਫ਼ਰਤ ਕਰਦੇ ਸੀ? ਪਰ ਉਹਨਾਂ ਦੇ ਇਹ ਗੱਲ ਪ੍ਰਚਲਿਤ ਕਰ ਦਿੱਤੀ ਗਈ, ਇੰਨੇ ਮਹਾਨ ਗੁਰਸਿੱਖ ਦੇ ਨਾਮ ਦੇ ਨਾਲ ਇਹ ਗੱਲ ਪ੍ਰਚਲਿਤ ਕਰ ਦਿੱਤੀ ਗਈ, ਉਹਨਾਂ ਨੂੰ ਇਸ ਢੰਗ ਨਾਲ ਪੇਸ਼ ਕੀਤਾ ਗਿਆ ਪੁੱਤਰਾਂ ਦੇ ਦਾਨੀ ਕਹਿ ਕੇ। ਚਲੋ ਜੀ, ਮਾਤਾ ਜੀ ਫਿਰ ਲੈ ਕੇ ਗਏ ਗੰਢੇ, ਮਿੱਸੀ ਰੋਟੀ, ਮੱਖਣ ਲੈ ਕੇ ਗਏ ਅਤੇ ਬਾਬਾ ਬੁੱਢਾ ਜੀ ਦੇ ਜੋ ਸਾਹਮਣੇ ਰੱਖਿਆ, ਬਾਬਾ ਬੁੱਢਾ ਜੀ ਖੁਸ਼ ਹੋ ਗਏ ਉਹ ਵੇਖ ਕੇ। ਅਤੇ ਬਾਬਾ ਬੁੱਢਾ ਜੀ ਨੇ ਜਦੋਂ ਗੰਢਾ ਲਿਆ, ਗੰਢੇ ਦੇ ਉੱਤੇ ਮੁੱਕਾ ਮਾਰਿਆ ਅਤੇ ਮੁੱਕਾ ਮਾਰ ਕੇ ਗੰਢਾ ਜਦੋਂ ਭੰਨਿਆ, ਕਹਿੰਦੇ ਉਹਦੇ ਵਿੱਚੋਂ ਇੱਕ ਗੰਢੀਲੀ ਬਾਹਰ ਨਿਕਲੀ। ਅਤੇ ਜਦੋਂ ਗੰਢੀਲੀ ਬਾਹਰ ਨਿਕਲੀ, ਗੰਢਾ ਭੰਨਿਆ ਗਿਆ ਅਤੇ ਇਹ ਗੱਲ ਆਖੀ ਵੀ ਮਾਤਾ ਜੀ ਮੈਂ ਤੁਹਾਨੂੰ ਵਰ ਦਿੰਦਾ, ਤੁਹਾਡੇ ਘਰ 'ਚ ਐਸਾ ਪੁੱਤ ਪੈਦਾ ਹੋਵੇਗਾ ਜਿਹੜਾ ਮੁਗਲਾਂ ਦੇ ਸਿਰ ਭੰਨੇਗਾ। ਹੁਣ ਇਹ ਗੱਲ ਆਖ ਦਿੱਤੀ, ਇੱਥੇ ਤੱਕ ਸਾਡੇ ਢਾਡੀ ਵੀਰ ਸੁਣਾਉਂਦੇ ਨੇ ਗੁਰੂ ਸਵਾਰੇ। ਹੁਣ ਮੈਂ ਤੁਹਾਡੇ ਸਾਹਮਣੇ ਗੁਰਬਾਣੀ ਦਾ ਪੱਖ ਰੱਖਣਾ ਚਾਹਾਂਗਾ। ਜੋ ਇਸ ਝੂਠੀ ਸਾਖੀ ਦੇ ਵਿੱਚ ਸੁਣਾਇਆ ਗਿਆ ਪਰ ਜੋ ਸੱਚਾਈ ਹੈ ਗੁਰਬਾਣੀ ਦੀ, ਆਓ ਆਪਾਂ ਪੜਚੋਲ ਕਰੀਏ। ਕਿਉਂਕਿ ਗੁਰਬਾਣੀ ਦਾ ਵਾਕ ਹੈ, ਕਬੀਰ ਕਸੌਟੀ ਰਾਮ ਕੀ, ਝੂਠਾ ਟਿਕਿਆ ਨਾ ਕੋਈ। ਝੂਠ ਜਿਹੜਾ ਹੈ ਉਹ ਸੱਚ ਦੀ ਕਸਵੱਟੀ ਦੇ ਉੱਤੇ ਕਦੀ ਟੇਕ ਹੀ ਨਹੀਂ ਸਕਦਾ। ਹੁਣ ਗੁਰੂ ਪਾਤਸ਼ਾਹ ਜੀ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਸਤਿਗੁਰੂ ਜੀ ਕਹਿੰਦੇ ਨੇ ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ, ਹਰ ਇੱਕੋ ਦਾਤਾ ਮੰਗੀ ਹੈ, ਮਨ ਚਿੰਦਿਆ ਪਈ ਹੈ। ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜ ਮਰਾਈ ਹੈ। ਪਾਤਸ਼ਾਹ ਨੇ ਆਖਿਆ ਜੇ ਆਪਣੀ ਮੰਗ ਰੱਖਣੀ ਹੈ ਤਾਂ ਇੱਕ ਅਕਾਲ ਪੁਰਖ ਦੇ ਕੋਲ ਰੱਖ, ਅਤੇ ਉਹ ਤੇਰੀ ਮੰਗ ਕੀ ਹੋਣੀ ਚਾਹੀਦੀ ਹੈ ਇਹ ਵੀ ਗੱਲ ਚੇਤੇ ਰੱਖੀ। ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਕੋਈ ਦੁਨਿਆਵੀ ਚੀਜ਼ ਨਾ ਮੰਗੀ। ਜੇ ਦੁਨਿਆਵੀ ਚੀਜ਼ ਮੰਗੇਗਾ ਤਾਂ ਇਹ ਵੀ ਗੱਲ ਚੇਤੇ ਰੱਖੀ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕਹਿ ਦੁੱਖ, ਫਿਰ ਤੇਰੇ ਪੱਲੇ ਦੁੱਖ ਪੈਣੇ ਨੇ। ਹੋਰ ਦੇ ਵਿੱਚ ਸਭ ਕੁਝ ਆ ਗਿਆ ਨਾ, ਧੀ, ਪੁੱਤ, ਬੈਂਕ ਬੈਲੈਂਸ, ਘਰ, ਗੱਡੀ ਆਦਿ, ਜਿਹੜੀ ਵੀ ਚੀਜ਼ ਤੂੰ ਮੰਗਦਾ ਹੈ ਉਹ ਤੇਰੇ ਵਾਸਤੇ ਦੁੱਖ ਪੈਦਾ ਕਰੇਗੀ। ਉਹ ਇਸ ਕਰਕੇ ਜੇ ਮੰਗਣਾ ਤਾਂ ਆਹ ਮੰਗ, ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵੇਂ ਆਪ, ਸੱਚ ਮੰਗ ਉਹਦੇ ਗੁਣਾਂ ਨੂੰ ਮੰਗ। ਅਤੇ ਪਾਤਸ਼ਾਹ ਨੇ ਆਖਿਆ ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ, ਹਰ ਇੱਕੋ ਦਾਤਾ ਮੰਗੀ ਹੈ, ਮਨ ਚਿੰਦਿਆ ਪਾਈ ਹੈ। ਜੇ ਦੂਜੇ ਪਾਸੋਂ ਮੰਗੀ ਹੈ, ਜੇ ਇੱਕ ਨੂੰ ਛੱਡ ਕੇ ਤੂੰ ਕਿਸੇ ਹੋਰ ਪਾਸੋਂ ਕੋਈ ਵੀ ਦਾਤ ਮੰਗਣ ਵਾਸਤੇ ਜਾਏਗਾ ਨਾ, ਤਾਂ ਲਾਜ ਮਰਾਈਏ, ਤੈਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ। ਕਿਉਂਕਿ ਪਾਤਸ਼ਾਹ ਨੇ ਬਾਣੀ 'ਚ ਆਖਿਆ ਵੀ ਉਹ ਮਾਲਕ ਜਿਹੜਾ ਹੈ ਕਿਸੇ ਦਾ ਸਲਾਹ ਮਸ਼ਵਰਾ ਸੁਣਦਾ ਨਹੀਂ ਹੈ। ਆਪਾਂ ਹੁਣੇ ਪਿੱਛੇ ਵਿਚਾਰ ਕੇ ਆਏ ਹਾਂ ਵੀ ਉਹ ਪੂਛ ਨਾ ਮਸਲਤ ਧਰੈ, ਜੋ ਕਿਛ ਕਰੇ ਸੋ ਆਪੇ ਕਰੇ। ਉਹ ਕਿਸੇ ਨੂੰ ਪੁੱਛ ਕੇ ਕੁਝ ਨਹੀਂ ਕਰਦਾ, ਕਿਸੇ ਦਾ ਸਲਾਹ ਮਸ਼ਵਰਾ ਨਹੀਂ ਲੈਂਦਾ ਅਤੇ ਕੋਈ ਉਹਨੂੰ ਸਲਾਹ ਮਸ਼ਵਰਾ ਦੇ ਵੀ ਨਹੀਂ ਸਕਦਾ। ਅਤੇ ਪਾਤਸ਼ਾਹ ਨੇ ਇਹ ਵੀ ਗੱਲ ਆਖੀ ਬਾਣੀ ਅੰਦਰ, ਜਾਕੋ ਠਾਕੁਰ ਉੱਚਾ ਹੋਈ ਸੋ ਜਨ ਪਰ ਘਰ ਜਾਤ ਨਾ ਸੋਹੀ। ਜਿਨ੍ਹਾਂ ਦਾ ਮਾਲਕ ਉੱਚਾ ਹੋਵੇ ਨਾ, ਉਹਨਾਂ ਨੂੰ ਕਿਸੇ ਹੋਰ ਪਾਸੇ ਜਾਣ ਦੀ ਲੋੜ ਹੀ ਨਹੀਂ ਹੈ। ਪਰ ਇਸ ਕਹਾਣੀ ਦੇ ਵਿੱਚ ਮਾਤਾ ਗੰਗਾ ਜੀ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਕਿ ਗੁਰੂ ਅਰਜਨ ਪਾਤਸ਼ਾਹ ਉਹਨਾਂ ਨੂੰ ਬਾਬਾ ਬੁੱਢਾ ਜੀ ਦੇ ਕੋਲ ਭੇਜਦੇ ਪਏ ਨੇ, ਜਦਕਿ ਭੱਟ ਸਾਹਿਬਾਨ ਗੁਰੂ ਅਰਜਨ ਪਾਤਸ਼ਾਹ ਨੂੰ ਆਪ ਇਹ ਗੱਲ ਲਿਖਦੇ ਪਏ ਨੇ ਕਿ ਧਰਨ ਗਗਨ ਨਵਖੰਡ ਮੈਂ ਜੋਤ ਸਵਰੂਪੀ ਰਹਿਓ ਭਰ, ਭਨ ਮਥੁਰਾ ਕੱਛ ਭੇਦ ਨਹੀਂ ਗੁਰ ਅਰਜਨ ਪ੍ਰਤਾਖਰ। ਵੀ ਗੁਰੂ ਅਰਜਨ ਸਾਹਿਬ ਅਤੇ ਉਸ ਮਾਲਕ ਦੇ ਵਿੱਚ ਕੋਈ ਫਰਕ ਹੀ ਨਹੀਂ, ਜਿਹੜੇ ਗੁਣ ਮਾਲਕ ਦੇ ਵਿੱਚ ਨੇ ਉਹ ਸਾਰੇ ਸਾਰੇ ਗੁਣ ਧੰਨ ਗੁਰੂ ਅਰਜਨ ਸਾਹਿਬ ਦੇ ਵਿੱਚ ਵੀ ਹੈਗੇ ਨੇ। ਪਰ ਇਸ ਤਰ੍ਹਾਂ ਦਾ ਦਿਖਾ ਦਿੱਤਾ, ਜਦਕਿ ਬਾਣੀ ਸਾਨੂੰ ਬਾਰ ਬਾਰ ਇਹ ਗੱਲ ਦੱਸਦੀ ਪਈ ਹੈ, ਧਰ ਜੀ ਅਰੇ ਇੱਕ ਟੇਕ ਤੂੰ ਲਾਹਾ ਬਿਡਾਣੀ ਆਸ, ਹੋਰ ਬਾਕੀ ਸਾਰੀਆਂ ਆਸਾਂ ਲਾ ਦਿਉ, ਕੇਵਲ ਇੱਕ ਮਾਲਕ ਦੇ ਉੱਤੇ ਆਸ ਰੱਖੋ। ਅਤੇ ਉਹਦੇ ਕੋਲੋਂ ਵੀ ਕਿਸੇ ਧੀ ਪੁੱਤ ਦੀ ਆਸ ਨਹੀਂ, ਚੰਗੇ ਜੀਵਨ ਦੀ ਆਸ ਰੱਖੋ, ਆਤਮਕ ਸ਼ਾਂਤੀ ਦੀ ਆਸ ਰੱਖੋ, ਤਾਂ ਕਿ ਇਹ ਜੀਵਨ ਦੇ ਅੰਦਰ ਸਦਾ ਚੜ੍ਹਦੀ ਕਲਾ ਬਣੀ ਰਹੇ। ਧਰ ਜੀਏ ਰੇ ਇੱਕ ਟੇਕ ਤੂੰ ਲਾਹਾ ਬਿਡਾਣੀ ਆਸ, ਨਾਨਕ ਨਾਮ ਧਿਆਈਏ ਕਾਰਜ ਆਵੇ ਰਾਸ। ਕਿਤੇ ਪਾਤਸ਼ਾਹ ਨੇ ਇਹ ਵੀ ਗੱਲ ਆਖੀ, ਭਾਈ ਮਤ ਕੋਈ ਜਾਣੋ ਕਿਸੀ ਕਹਿ ਕਿਛ ਹਾਥ ਹੈ, ਸਭ ਕਰੇ ਕਰਾਇਆ। ਉਹ ਦੁਨੀਆਂ ਦੇ ਲੋਕੋ, ਮਤਾਂ ਕਿਤੇ ਇਹ ਗੱਲ ਨੂੰ ਜਾਣਿਓ ਕਿ ਕਿਸੇ ਹੋਰ ਦੇ ਹੱਥ ਵਿੱਚ ਕੁਝ ਹੈਗਾ, ਸਭ ਕੁਝ ਉਸ ਇੱਕ ਮਾਲਕ ਦੇ ਹੱਥ ਵਿੱਚ ਹੈ, ਕਿ ਹੋਰ ਕਿਸੇ ਦੇ ਹੱਥ ਵਿੱਚ ਕੁਝ ਨਹੀਂ ਹੈਗਾ। ਭਾਈ ਮਤ ਕੋਈ ਜਾਣੋ ਕਿਸੀ ਕਹਿ ਕਿਛ ਹਾਥ ਹੈ, ਸਭ ਕਰੇ ਕਰਾਇਆ। ਜਰਾ ਮਰਾ ਤਾਪ ਸਿਰਤ ਸਾਪ, ਸਭ ਹਰ ਕੇ ਵਸ ਹੈ, ਕੋਈ ਲਾਗ ਨਾ ਸਕੈ
ਬਿਨ ਹਰਕਾ ਲਾਇਆ। ਜਿਹੜੀਆਂ ਵੀ ਦਾਤਾਂ ਸਾਨੂੰ ਮਿਲਦੀਆਂ ਪਈਆਂ ਨੇ, ਭਾਵੇਂ ਉਹ ਦੁਨਿਆਵੀ ਦਾਤਾਂ ਨੇ, ਇਹਦੇ ਕੋਲੋਂ ਮੰਗਣ ਦੀ ਲੋੜ ਨਹੀਂ, ਉਹ ਮਾਲਕ ਆਪ ਦੇ ਰਿਹਾ, ਉਹਦੇ ਸਿਸਟਮ ਦੇ ਵਿੱਚ ਸਭ ਕੁਝ ਮਿਲ ਹੀ ਜਾਣਾ ਹੈ। ਦੱਦਾ ਦਾਤਾ ਏਕ ਹੈ ਸਭ ਕੋ ਦੇਵਣਹਾਰ, ਦੇਂਦੇ ਤੋਟ ਨਾ ਆਵਈ ਅਗਣਿਤ ਭਰੇ ਭੰਡਾਰ। ਕਿਤੇ ਪਾਤਸ਼ਾਹ ਨੇ ਇਹ ਵੀ ਆਖਿਆ, ਮਾਨੁੱਖ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ। ਵੀ ਬੰਦੇ ਦੀ ਟੇਕ ਲੈਣੀ ਤਾਂ ਵਿਅਰਥ ਹੈ, ਦੇਣ ਵਾਲਾ ਤਾਂ ਇੱਕ ਅਕਾਲ ਪੁਰਖ ਹੈ। ਕਿਤੇ ਇਹ ਵੀ ਆਖਿਆ, ਮੰਮਾ ਮੰਗਣ ਹਾਰ ਇਆਨਾ, ਦੇਣ ਹਾਰ ਦੇ ਰਹੇ ਹੋ ਸੁਜਾਨਾ। ਉਹ ਮਾਲਕ ਤਾਂ ਦੇ ਰਿਹਾ, ਪਰ ਫਿਰ ਵੀ ਸਾਨੂੰ ਉਸ ਮਾਲਕ ਤੋਂ ਤੋੜਨ ਦੀ ਇੱਕ ਸਾਜਿਸ਼ ਹੈ ਅਤੇ ਇੱਕ ਝੂਠੀ ਕਹਾਣੀ ਘੜ ਦਿੱਤੀ ਗਈ ਅਤੇ ਮਾਤਾ ਗੰਗਾ ਜੀ ਅਤੇ ਬਾਬਾ ਬੁੱਢਾ ਜੀ ਦੇ ਨਾਲ ਜੋੜ ਦਿੱਤੀ ਗਈ। ਹੁਣ ਮੈਂ ਇੱਕ ਸਵਾਲ ਇੱਥੇ ਰੱਖਣਾ ਚਾਹਾਂਗਾ ਕਿ ਮਾਤਾ ਗੰਗਾ ਜੀ ਅਤੇ ਬਾਬਾ ਬੁੱਢਾ ਜੀ ਦਾ ਜੀਵਨ ਕੀ ਇਸ ਗੁਰਬਾਣੀ ਤੋਂ ਉਲਟ ਸੀਗਾ? ਕਿ ਉਹ ਗੁਰਬਾਣੀ ਨੂੰ ਮੰਨਦੇ ਨਹੀਂ ਸੀ, ਗੁਰਬਾਣੀ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਕਮਾਉਂਦੇ ਨਹੀਂ ਸੀ? ਮਾਤਾ ਗੰਗਾ ਜੀ ਨੇ ਵੀ ਆਪਣੀ ਜ਼ਿੰਦਗੀ 'ਚ ਬਾਣੀ ਨੂੰ ਕਮਾਇਆ ਹੈ, ਬਾਬਾ ਬੁੱਢਾ ਜੀ ਨੇ ਵੀ ਆਪਣੀ ਜ਼ਿੰਦਗੀ 'ਚ ਬਾਣੀ ਨੂੰ ਕਮਾਇਆ ਹੈ, ਅਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਬਾਣੀ ਨੂੰ ਕਮਾਇਆ ਹੈ। ਉਹ ਤਾਂ ਇਹ ਗੱਲ ਕਹਿੰਦੇ ਨੇ, ਹਮਾਰੀ ਪਿਆਰੀ ਅੰਮ੍ਰਿਤਧਾਰੀ ਨਿਮਖ ਨਾ ਮਨ 'ਤੇ ਟਾਰੀ ਰੇ। ਹੁਣ ਉਹਨਾਂ ਨੇ ਤਾਂ ਆਪਣੀ ਜ਼ਿੰਦਗੀ ਦੇ ਅੰਦਰ ਬਾਣੀ ਨੂੰ ਕਮਾਇਆ, ਬਾਣੀ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ ਹੈ, ਪਰ ਇਹ ਝੂਠੀਆਂ ਕਹਾਣੀਆਂ ਘੜ ਕੇ ਬਾਬਾ ਬੁੱਢਾ ਜੀ ਦਾ, ਮਾਤਾ ਗੰਗਾ ਜੀ ਦਾ ਜੀਵਨ ਐਸਾ ਪੇਸ਼ ਕੀਤਾ ਜਾ ਰਿਹਾ ਕਿ ਜਿਵੇਂ ਉਹ ਗੁਰਬਾਣੀ ਤੋਂ ਬਹੁਤ ਦੂਰ ਸੀਗੇ, ਜਿਵੇਂ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਗੁਰਬਾਣੀ ਨੂੰ ਕਮਾਇਆ ਹੀ ਨਹੀਂ ਹੈਗਾ। ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਹਾਂ ਤਾਂ ਗੁਰਬਾਣੀ ਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਇਹ ਵਾਕ ਵੀ ਆਉਂਦਾ ਹੈ, ਜਿੱਥੇ ਉਹ ਆਖਦੇ ਨੇ, ਹਉ ਮੰਗੋ ਆਨ ਲਜਾਵੋ, ਕਿ ਜੇ ਮੈਂ ਕਿਸੇ ਹੋਰ ਦੇ ਕੋਲੋਂ ਮੰਗਦਾ ਹਾਂ, ਰੱਬ ਨੂੰ ਛੱਡ ਕੇ ਕਿਸੇ ਹੋਰ ਦੇ ਕੋਲੋਂ ਮੰਗਦਾ ਹਾਂ, ਅਤੇ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਮੈਨੂੰ ਸ਼ਰਮ ਆਉਂਦੀ ਹੈ ਉਸ ਸਮੇਂ ਜੇ ਮੈਂ ਕਿਸੇ ਹੋਰ ਦੇ ਕੋਲੋਂ ਮੰਗਾਂ, ਇਸ ਕਰਕੇ ਮੈਂ ਕਿਸੇ ਹੋਰ ਪਾਸੇ ਜਾਂਦਾ ਹੀ ਨਹੀਂ। ਸਗਲ ਛਤਰਪਤ ਏਕੋ ਠਾਕੁਰ, ਉਹ ਸਭ ਤੋਂ ਵੱਡਾ ਰਾਜਾ, ਛਤਰਪਤ ਦਾ ਮਤਲਬ ਹੈ ਸਭ ਤੋਂ ਵੱਡਾ ਰਾਜਾ, ਕਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਉਹ ਜਿਹੜਾ ਸਭ ਤੋਂ ਵੱਡਾ ਰਾਜਾ ਅਕਾਲ ਪੁਰਖ ਹੈ, ਕੌਣ ਸੰਸਰ ਲਾਵੋ, ਸੰਸਰ ਦਾ ਮਤਲਬ ਹੁੰਦਾ ਬਰਾਬਰ, ਕਹਿੰਦੇ ਉਸ ਮਾਲਕ ਦੇ ਬਰਾਬਰ ਮੈਂ ਹੋਰ ਕਿਹਨੂੰ ਸਮਝਾਂ ਕਿ ਮੈਨੂੰ ਕਿਤੇ ਹੋਰ ਜਾਣ ਦੀ ਲੋੜ ਪਵੇ, ਮੈਂ ਕੇਵਲ ਅਤੇ ਕੇਵਲ ਇੱਕ ਮਾਲਕ ਦੇ ਕੋਲੋਂ ਹੀ ਮੰਗਦਾ ਵਾਂ। ਅਤੇ ਮੰਗਦਾ ਕੀ ਹੈ, ਮੰਗਣਾ ਮੰਗਣ ਨੀਕਾ ਹਰਜਸ ਗੁਰ 'ਤੇ, ਮੰਗਣਾ ਕਿਸੇ ਵੀ ਦੁਨਿਆਵੀ ਚੀਜ਼ ਦੀ ਡਿਮਾਂਡ ਮੈਂ ਨਹੀਂ ਕਰਦਾ। ਪਰ ਇਸ ਤੋਂ ਅਗਾਂਹ ਜੋ ਲਿਖਿਆ ਹੋਇਆ ਉਸ ਪਾਸੇ ਨੂੰ ਨਹੀਂ ਜਾਂਦੇ। ਹੁਣ ਇਹ ਸੁਣਾ ਤਾ, ਪਹਿਲੀ ਗੱਲ ਤਾਂ ਗੁਰਮਤ ਵਿੱਚ ਵਰ ਸ਼ਰਾਬ ਨੂੰ ਕੋਈ ਥਾਂ ਹੀ ਨਹੀਂ। ਹੁਣ ਇੱਥੇ ਦੋਵੇਂ ਗੱਲਾਂ ਆ ਗਈਆਂ, ਪਹਿਲਾਂ ਵਰ ਵੀ, ਪਹਿਲਾਂ ਸ਼ਰਾਬ ਦਿੰਦੇ ਵਿਖਾਤਾ, ਬਾਅਦ 'ਚ ਹੁਣ ਵਰ ਦਿੰਦੇ ਵਿਖਾਤਾ। ਕਿ ਉਹ ਕਹਿੰਦੇ ਗੰਢਾ ਭੰਨਿਆ ਅਤੇ ਵਰ ਦੇ ਦਿੱਤਾ। ਹੁਣ ਇਸ ਤੋਂ ਬਾਅਦਲੀ ਜਿਹੜੀ ਗੱਲ ਹੈ ਨਾ, ਕਹਿੰਦੇ ਫਿਰ ਬਾਬਾ ਬੁੱਢਾ ਜੀ ਨੇ ਨਾ ਇੱਕ ਮੰਤਰ ਲਿਖਿਆ ਕਾਗਜ਼ ਦੇ ਉੱਤੇ, ਕਾਗਜ਼ ਦੇ ਉੱਤੇ ਲਿਖ ਕੇ ਮੰਤਰ ਦਿੱਤਾ। ਹੁਣ ਵੇਖੋ ਇਹ ਝੂਠੀ ਗੱਲ, ਇਹਨੂੰ ਸੱਚ ਨਾ ਸਮਝ ਲਿਓ। ਅਤੇ ਮੈਂ ਦੱਸ ਰਿਹਾ ਵੀ ਕਿਹੜਾ ਵਾਇਰਸ ਸਾਡੇ ਵਿੱਚ ਪਾਇਆ ਗਿਆ, ਕੀ ਗੱਲਾਂ ਪੋਸੀਬਲ ਨੇ। ਇੱਕ ਮੰਤਰ ਦਿੱਤਾ ਉਹ ਕਾਗਜ਼ ਦੇ ਉੱਤੇ ਲਿਖ ਕੇ, ਅਤੇ ਮਾਤਾ ਜੀ ਨੂੰ ਆਖਿਆ ਇਹਨੂੰ ਆਪਣੇ ਮੂੰਹ 'ਚ ਪਾ ਕੇ ਨਾ ਚੂਸ ਲਓ। ਅਤੇ ਜਿੱਦਾਂ ਹੀ ਮਾਤਾ ਜੀ ਨੇ ਚੂਸਿਆ, ਮਾਤਾ ਜੀ ਗਰਭਵਤੀ ਹੋ ਗਏ। ਇਹ ਗੱਲਾਂ 'ਚ ਗੰਦੀਆਂ ਗੱਲਾਂ ਉਹਦੇ ਵਿੱਚ ਲਿਖੀਆਂ ਹੋਈਆਂ ਨੇ। ਅਤੇ ਫਿਰ ਮਾਤਾ ਜੀ ਘਰ ਆ ਗਏ, ਗੁਰੂ ਅਰਜਨ ਸਾਹਿਬ ਨੇ ਲੱਡੂ ਵੰਡੇ। ਹੁਣ ਤੁਸੀਂ ਗੌਰ ਕਰਿਓ, ਮੈਂ ਇਹਦਾ ਐਂਡ ਕਿੱਥੇ ਹੋਏਗਾ, ਸਾਨੂੰ ਕਿਵੇਂ ਬ੍ਰਾਹਮਣਵਾਦ ਦੀ ਖੱਡ ਦੇ ਵਿੱਚ ਸੁੱਟਿਆ ਜਾ ਰਿਹਾ। ਮਾਤਾ ਜੀ ਘਰ ਆ ਗਏ, ਗੁਰੂ ਅਰਜਨ ਸਾਹਿਬ ਨੇ ਲੱਡੂ ਵੰਡੇ, ਕਹਿੰਦੇ 9 ਮਹੀਨੇ ਦਾ ਸਮਾਂ ਬੀਤ ਗਿਆ, ਅੱਜ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋਣਾ, ਅਤੇ ਬੀਬੀਆਂ ਵਾਹਵਾ ਸਾਰੀਆਂ ਉੱਥੇ ਇਕੱਠੀਆਂ ਹੋਈਆਂ ਹੋਈਆਂ ਨੇ। ਅਤੇ ਉੱਥੇ ਹੋਇਆ ਕਿ ਇੱਕ ਬਜ਼ੁਰਗ ਬੰਦਾ ਆ ਗਿਆ, ਉਸੇ ਟਾਈਮ ਇੱਕ ਬਜ਼ੁਰਗ ਬੰਦਾ ਪ੍ਰਗਟ ਹੋ ਗਿਆ। ਬੀਬੀਆਂ ਨੇ ਪੁੱਛਿਆ ਉਸ ਬਜ਼ੁਰਗ ਬੰਦੇ ਨੂੰ ਵੀ ਤੂੰ ਕੌਣ? ਉਹ ਕਹਿੰਦਾ ਮੈਂ ਵਿਸ਼ਨੂੰ ਭਗਵਾਨ। ਉਹ ਕਹਿੰਦਾ ਮੈਂ ਵਿਸ਼ਨੂੰ ਭਗਵਾਨ? ਕਹਿੰਦੇ ਵੀ ਤੁਸੀਂ ਇੱਥੇ ਕੀ ਕਰਨ ਵਾਸਤੇ ਆ ਗਏ? ਕਹਿੰਦੇ ਅੱਗੇ ਵਿਸ਼ਨੂੰ ਭਗਵਾਨ ਨੇ ਆਖਿਆ ਮੈਂ ਹੀ ਤਾਂ ਗੁਰੂ ਹਰਗੋਬਿੰਦ ਸਾਹਿਬ ਬਣਨਾ। ਵੇਖੋ ਕਿੰਨੀ ਸਾਜਿਸ਼ ਖੇਡੀ ਜਾ ਰਹੀ ਸਾਡੇ ਨਾਲ। ਉਹ ਕਹਿੰਦੇ ਵਿਸ਼ਨੂੰ ਭਗਵਾਨ ਆ, ਮੈਂ ਹੀ ਤਾਂ ਗੁਰੂ ਹਰਗੋਬਿੰਦ ਸਾਹਿਬ ਬਣਨਾ। ਕਹਿੰਦੇ ਫਿਰ ਉਹ ਬੀਬੀਆਂ ਨੇ ਆਖਿਆ ਵੀ ਤੁਸੀਂ ਤਾਂ ਬਜ਼ੁਰਗ ਹੋ। ਕਹਿੰਦੇ ਉਸੇ ਟਾਈਮ ਉਸ ਵਿਸ਼ਨੂੰ ਦੇਵਤੇ ਨੇ ਬੱਚੇ ਦਾ ਰੂਪ ਧਾਰਨ ਕੀਤਾ ਅਤੇ ਮਾਤਾ ਜੀ ਦੀ ਗੋਦੀ ਦੇ ਵਿੱਚ ਆ ਕੇ ਬਹਿ ਗਿਆ। ਕਹਿੰਦੇ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋ ਗਿਆ। ਹੁਣ ਤੁਸੀਂ ਵੇਖੋ ਜਿੰਨਾ ਦੇਵੀ ਦੇਵਤਿਆਂ ਵਾਲੇ ਪਾਸੇ ਤੋਂ ਸਾਨੂੰ ਦੂਰ ਕੀਤਾ ਗਿਆ, ਗੁਰਬਾਣੀ ਨੇ ਆਖਿਆ ਦੇਵੀ ਦੇਵਤਿਆਂ ਨੂੰ ਨਹੀਂ ਮੰਨਣਾ। ਗੁਰਬਾਣੀ ਦਾ ਵਾਕ ਹੈ ਜੋ ਜਾਚੋ ਤੋਂ ਕੇਵਲ ਰਾਮ, ਆਨ ਦੇਵ ਸਿਓ ਨਾਹੀ ਕਾਮ। ਗੁਰੂ ਪਾਤਸ਼ਾਹ ਕਹਿੰਦੇ ਮੈਨੂੰ ਕਿਸੇ ਦੇਵੀ ਦੇਵਤੇ ਨਾਲ ਕੋਈ ਕੰਮ ਨਹੀਂ, ਮੈਨੂੰ ਲੈਣਾ ਦੇਣਾ ਹੀ ਕੋਈ ਨਹੀਂ ਇਹਨਾਂ ਦੇ ਨਾਲ।
ਪਾਤਸ਼ਾਹ ਨੇ ਬਾਣੀ 'ਚ ਇੱਥੋਂ ਤੱਕ ਕਹਿ ਦਿੱਤਾ, ਹਉ ਤੋ ਇੱਕ ਰਮਈਆ ਲੈ ਹੋਂ ਆਨ ਦੇਵ ਬਦਲਾਵਨ ਦੇ ਹੋਂ, ਇੱਕ ਰੱਬ ਦੇ ਬਦਲੇ ਮੈਂ ਸਾਰੇ ਦੇ ਸਾਰੇ ਦੇਵੀ ਦੇਵਤੇ ਪਰੇ ਸੁੱਟਣ ਨੂੰ ਤਿਆਰ ਹਾਂ, ਮੈਨੂੰ ਇੱਕ ਵੀ ਦੇਵੀ ਦੇਵਤਾ ਨਹੀਂ ਚਾਹੀਦਾ, ਮੇਰੀ ਸਾਂਝ ਤਾਂ ਕੇਵਲ ਇੱਕ ਮਾਲਕ ਨਾਲ ਹੋਣੀ ਚਾਹੀਦੀ ਹੈ। ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤਾਂ ਇੱਥੋਂ ਤੱਕ ਕਹਿੰਦੇ ਨੇ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਨ। ਜੇ ਉਹ ਇਹ ਗੱਲ ਕਹਿ ਰਹੇ ਵੀ ਅਸੀਂ ਹਿੰਦੂ ਹਾਂ ਹੀ ਨਹੀਂ, ਤਾਂ ਦੇਵੀ ਦੇਵਤਿਆਂ ਵਾਲੇ ਪਾਸੇ ਨੂੰ ਉਹ ਕਿਵੇਂ ਜਾ ਸਕਦੇ ਸੀਗੇ? ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਜੋੜਿਆ ਜਾ ਰਿਹਾ ਵਿਸ਼ਨੂੰ ਦੇ ਨਾਲ। ਪਰ ਕਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਵਿਸ਼ਨੂੰ ਦੇਵਤੇ ਦਾ ਅਵਤਾਰ ਸਿੱਧ ਕੀਤਾ ਗਿਆ ਗੁਰਬਿਲਾਸ ਪਾਤਸ਼ਾਹੀ ਛੇਵੀਂ ਨਾਮ ਦੇ ਗ੍ਰੰਥ ਦੇ ਵਿੱਚ? ਕਿ ਮਾਤਾ ਗੰਗਾ ਜੀ ਨੂੰ ਇਹ ਗੱਲ ਨਹੀਂ ਸੀ ਪਤਾ ਕਿ ਗੁਰੂ ਅਰਜਨ ਪਾਤਸ਼ਾਹੀ ਬਾਣੀ ਵਿੱਚ ਸਮਝਾ ਰਹੇ ਨੇ, ਮਾਨੁੱਖ ਕੀ ਟੇਕ ਬ੍ਰਿਥੀ ਸਭ ਜਾਨ ਦੇਵਨ ਕਹੋ, ਇੱਕ ਹੈ ਭਗਵਾਨ ਜਿਸ ਕਹਿ ਦੀਏ ਰਹੇ ਅਘਾਏ, ਬਹੁਰ ਨਾ ਤ੍ਰਿਸ਼ਨਾ ਲਾਗੈ ਆਏ, ਮਾਰੈ ਰਾਖੈ ਏਕੋ ਆਪ ਮਾਨੁੱਖ ਕਹਿ ਕਿਛ ਨਾਹੀ ਆਤ। ਬੰਦੇ ਦੇ ਹੱਥ ਵਿੱਚ ਕੁਝ ਨਹੀਂ ਹੈ। ਕਿ ਮਾਤਾ ਗੰਗਾ ਜੀ ਨੂੰ ਗੁਰੂ ਅਰਜਨ ਸਾਹਿਬ ਦੇ ਵਾਕ ਨਹੀਂ ਸੀ ਪਤਾ? ਪਤਾ ਸੀਗੇ, ਪਰ ਸਾਨੂੰ ਮਿਸਗਾਈਡ ਕੀਤਾ ਜਾ ਰਿਹਾ ਹੈ। ਇਹੋ ਜਿਹੀਆਂ ਕਹਾਣੀਆਂ ਲਿਖ ਕੇ ਗ੍ਰੰਥਾਂ ਵਿੱਚ ਤਾਂ ਇਹਨਾਂ ਨੂੰ ਸਾਡੇ ਇਤਿਹਾਸ ਦੇ ਗ੍ਰੰਥ ਕਿਹਾ ਜਾ ਰਿਹਾ। ਪਰ ਮੈਂ ਕਿੱਥੇ ਬੇਨਤੀ ਕਰਨੀ ਚਾਹਾਂਗਾ, ਦੇਖੋ ਬਾਬਾ ਬੁੱਢਾ ਜੀ ਦੇ ਨਾਲ ਇਹ ਗੱਲ ਜੋੜ ਦਿੱਤੀ ਗਈ, ਬਾਬਾ ਬੁੱਢਾ ਜੀ ਦੇ ਕਰੈਕਟਰ ਨੂੰ ਵੀ ਨੀਵਾਂ ਕੀਤਾ ਗਿਆ। ਇੰਨੀ ਮਹਾਨ ਸ਼ਖਸੀਅਤ ਹੋ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ, ਛੇ ਗੁਰੂ ਪਾਤਸ਼ਾਹੀਆਂ ਤੱਕ ਉਹ ਗੁਰੂ ਘਰ ਦੇ ਵਿੱਚ ਰਹੇ ਨੇ। ਚਲੋ ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਅਰਜਨ ਪਾਤਸ਼ਾਹ ਨੇ ਤਾਂ ਚਲੋ ਇਹ ਗੱਲ ਜੋੜ ਦਿੱਤੀ ਵੀ ਬਾਬਾ ਬੁੱਢਾ ਜੀ ਨੇ ਤਾਂ ਵਰ ਦਿੱਤਾ। ਹੁਣ ਮੈਂ ਇੱਕ ਸਵਾਲ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ, ਕਈ ਲੋਕ ਪਤਾ ਕੀ ਕਹਿੰਦੇ ਨੇ ਇੱਥੇ, ਕਈ ਕਹਿੰਦੇ ਨੇ ਜੀ ਗੁਰੂ ਅਰਜਨ ਸਾਹਿਬ ਨੇ ਨਾ ਬਾਬਾ ਬੁੱਢਾ ਜੀ ਨੂੰ ਮਹਾਨਤਾ ਦੇਣੀ ਸੀਗੀ ਤਾਂ ਉਹਨਾਂ ਨੇ ਇਹ ਕੰਮ ਕਰਾਇਆ ਉਹਨਾਂ ਦੇ ਕੋਲੋਂ। ਦੇਖੋ ਮਹਾਨਤਾ ਵਾਲੀ ਗੱਲ ਤਾਂ ਇੱਦਾਂ, ਤਾਂ ਫਿਰ ਗੁਰੂ ਨਾਨਕ ਸਾਹਿਬ ਵੀ ਇਹ ਗੱਲ ਬਾਬਾ ਬੁੱਢਾ ਜੀ ਨੂੰ ਕਹਿ ਸਕਦੇ ਸੀ। ਗੁਰੂ ਨਾਨਕ ਪਾਤਸ਼ਾਹ ਦੇ ਟਾਈਮ ਦੇ ਉੱਤੇ ਬਾਬਾ ਬੁੱਢਾ ਜੀ ਗੁਰੂ ਘਰ ਦੇ ਵਿੱਚ ਆ ਗਏ ਨੇ। ਉਸ ਸਮੇਂ 12 ਸਾਲ ਦੀ ਉਮਰ ਸੀ ਬਾਬਾ ਬੁੱਢਾ ਜੀ ਦੀ। ਉਹਨਾਂ ਦਾ ਨਾਮ, ਪਹਿਲਾ ਨਾਮ ਕੀ ਸੀ? ਬੂੜਾ ਜੀ। ਗੁਰੂ ਨਾਨਕ ਪਾਤਸ਼ਾਹ ਨੂੰ ਜਦੋਂ ਬੂੜਾ ਜੀ ਮਿਲਦੇ ਨੇ, ਉਹਨਾਂ ਦੀ 12 ਸਾਲ ਦੀ ਉਮਰ ਹੈ, ਅਤੇ ਉਦੋਂ ਉਹ ਗੁਰੂ ਘਰ ਦੇ ਵਿੱਚ ਆਏ ਅਤੇ ਗੁਰੂ ਦੀ ਉਹਨਾਂ ਦੇ ਉੱਤੇ ਬਖਸ਼ਿਸ਼ ਹੁੰਦੀ ਹੈ, ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਤੱਕ ਉਹ ਗੁਰੂ ਘਰ ਦੇ ਵਿੱਚ ਰਹਿੰਦੇ ਨੇ। ਪਰ ਇੱਥੇ ਮੈਂ ਇੱਕ ਬੇਨਤੀ ਕਰਨੀ ਚਾਹਾਂਗਾ, ਨਾਨਕੀ ਜੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਹਿਲੀ ਸਿੱਖ ਹੈ, ਪਹਿਲੀ ਸਿੱਖ ਹੈ ਬੇਬੇ ਨਾਨਕੀ ਜੀ। ਅਤੇ ਬੇਬੇ ਨਾਨਕੀ ਜੀ ਦੇ ਘਰ ਦੇ ਵਿੱਚ ਨਾ ਧੀ ਹੈ ਨਾ ਪੁੱਤ ਹੈ, ਕੋਈ ਨਹੀਂ ਹੈਗਾ, ਨਾ ਧੀ ਹੈ ਨਾ ਪੁੱਤ ਹੈ। ਅਤੇ ਜੇ ਕਿਤੇ ਮਹਾਨਤਾ ਦੇਣ ਵਾਲੀ ਗੱਲ ਹੁੰਦੀ, ਗੁਰੂ ਨਾਨਕ ਪਾਤਸ਼ਾਹ ਬੇਬੇ ਨਾਨਕੀ ਨੂੰ ਨਹੀਂ ਸੀ ਕਹਿ ਸਕਦੇ ਵੀ ਬੇਬੇ ਨਾਨਕੀ ਜੀ ਤੁਸੀਂ ਬਾਬਾ ਬੁੱਢਾ ਜੀ ਕੋਲ ਜਾਓ, ਵਰ ਲੈ ਆਓ, ਤੁਹਾਡੇ ਘਰ 'ਚ ਵੀ ਪੁੱਤ ਪੈਦਾ ਹੋ ਜੂਗਾ, ਕਹਿ ਸਕਦੇ ਸੀ ਨਾ। ਪਰ ਉਹਨਾਂ ਨੇ ਤਾਂ ਇੱਦਾਂ ਨਹੀਂ ਕੀਤਾ। ਪਰ ਇਹ ਕਹਾਣੀ ਜਿਹੜੀ ਉਹ ਬਾਅਦ ਵਿੱਚ ਆ ਕੇ ਜੋੜੀ ਗਈ, ਅਤੇ ਕਿਵੇਂ ਗੁਰੂ ਅਰਜਨ ਪਾਤਸ਼ਾਹ ਦੇ ਨਾਂ ਦੇ ਉੱਤੇ ਕੁਸ਼ਚਨ ਮਾਰਕ ਖੜ੍ਹਾ ਕਰ ਦਿੱਤਾ, ਮਾਤਾ ਗੰਗਾ ਜੀ ਦੇ ਨਾਂ ਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ, ਬਾਣੀ ਸਿੱਧੇ ਤੌਰ ਦੇ ਉੱਤੇ ਕਹਿ ਰਹੀ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ। ਮਾਤਾ ਪਿਤਾ ਦੇ ਸੰਯੋਗ ਨਾਲ ਬੱਚਾ ਇਸ ਸੰਸਾਰ ਵਿੱਚ ਆਉਂਦਾ, ਹੋਰ ਤਾਂ ਕੋਈ ਤਰੀਕਾ ਹੀ ਨਹੀਂ, ਮੰਤਰ ਚੂਸਣ ਦੇ ਨਾਲ ਸਭ ਕੁਝ ਥੋੜ੍ਹੀ ਨਾ ਹੁੰਦਾ। ਪਰ ਇਹੋ ਜਿਹੀਆਂ ਗਲਤ ਗੱਲਾਂ ਬਣਾ ਕੇ ਪੇਸ਼ ਕੀਤੀਆਂ ਗਈਆਂ ਡੇਰੇਦਾਰਾਂ ਨੂੰ, ਅੱਜ ਦੇ ਟਾਈਮ ਦੇ ਉੱਤੇ ਇਹੋ ਜਿਹੀਆਂ ਕਹਾਣੀਆਂ ਬੜੀਆਂ ਫਿੱਟ ਬੈਠਦੀਆਂ ਨੇ, ਕਿਉਂਕਿ ਉਹਨਾਂ ਦੀ ਦੁਕਾਨਦਾਰੀ ਇਹਨਾਂ ਕਹਾਣੀਆਂ ਦੇ ਆਸਰੇ ਚੱਲਦੀ ਨਾ। ਇੱਕ ਆਖਰੀ ਗੱਲ ਕਹਿ ਕੇ ਤੁਹਾਡੇ ਤੋਂ ਖਿਮਾ ਲੈਣਾ, ਇੱਕ ਡੇਰੇਦਾਰ ਪੰਜਾਬ ਦੀ ਧਰਤੀ ਦੇ ਉੱਤੇ ਉਹ ਬੀਬੀਆਂ ਨੂੰ ਵਰ ਦਿੰਦਾ ਸੀਗਾ ਇਸੇ ਤਰ੍ਹਾਂ, ਤੁਹਾਡੇ ਘਰ ਪੁੱਤ ਪੈਦਾ ਹੋਊਗਾ, ਤਾਂ ਉਹਨਾਂ ਨੂੰ ਵਰ ਦਿੰਦਾ ਸੀ, ਨਾਲੇ ਉਹਨੇ ਆਪਣੇ ਹੋਸਪਿਟਲ ਖੋਲ੍ਹਿਆ, ਹੋਸਪਿਟਲ ਵਿੱਚ ਡਾਕਟਰ ਰੱਖਿਆ ਹੋਇਆ ਸੀਗਾ, ਬੀਬੀਆਂ ਨੂੰ ਵਰ ਦਿੰਦਾ ਸੀ ਅਤੇ ਜਾ ਕੇ ਉਹਨਾਂ ਨੂੰ ਕਹਿੰਦਾ ਸੀ ਆਪਣਾ ਚੈੱਕਅਪ ਕਰਾਓ ਡਾਕਟਰ ਦੇ ਕੋਲ, ਅਤੇ ਡਾਕਟਰ ਨੂੰ ਉਹਨੇ ਬੋਲਿਆ ਹੋਇਆ ਸੀ ਵੀ ਜੇ ਤਾਂ ਲੜਕਾ ਹੋਵੇ ਤਾਂ ਰੱਖ ਲਈ, ਜੇ ਧੀ ਹੋਵੇ ਤਾਂ ਉਹਨੂੰ ਮਾਰ ਦਈ, ਕੇਵਲ ਮੁੰਡੇ ਹੀ ਪੈਦਾ ਹੋਣੇ ਚਾਹੀਦੇ ਨੇ ਤਾਂ ਕਿ ਮੇਰਾ ਵਰ ਜਿਹੜਾ ਹੈ ਉਹ ਸੋਹਣੇ ਢੰਗ ਨਾਲ ਚੱਲਦਾ ਰਹੇ, ਪਖੰਡ ਜਿਹੜਾ ਉਹ ਚੱਲਦਾ ਰਹੇ। ਅਤੇ ਉਸ ਡਾਕਟਰ ਦੀ ਕਿਤੇ ਜ਼ਮੀਰ ਜਾਗੀ, ਅੱਜ ਵੀ ਨੈੱਟ ਉੱਤੇ ਸਭ ਕੁਛ ਪਿਆ ਹੋਇਆ, ਤੁਸੀਂ ਵੇਖ ਸਕਦੇ ਹੋ। ਡਾਕਟਰ ਦੀ ਕਿਤੇ ਜ਼ਮੀਰ ਜਾਗੀ, ਉਹਨੇ ਬਾਬੇ ਦੀਆਂ ਕਾਲੀਆਂ ਕਰਤੂਤਾਂ ਦੀ ਨਾ ਵੀਡੀਓ ਰਿਕਾਰਡਿੰਗ ਕਰਨੀ ਸ਼ੁਰੂ ਕਰ ਦਿੱਤੀ, ਬਾਬੇ ਨੂੰ ਪਤਾ ਲੱਗ ਗਿਆ ਵੀ ਇਹ ਮੇਰੀ ਵੀਡੀਓ ਰਿਕਾਰਡਿੰਗ ਕਰ ਰਿਹਾ। ਬਾਬੇ ਨੇ ਉਹਦੇ ਮੂੰਹ ਦੇ ਉੱਤੇ ਤੇਜ਼ਾਬ ਸੁਟਵਾ ਦਿੱਤਾ, ਉਸ ਡਾਕਟਰ ਦੇ ਮੂੰਹ ਦੇ ਉੱਤੇ। ਉਹਦੀ ਮਾਂ ਰੋਂਦੀ ਅੱਜ ਵੀ, ਕਹਿੰਦੀ ਅਸੀਂ ਤੈਨੂੰ ਮਹਾਂਪੁਰਖ ਸਮਝਿਆ ਸੀ ਪਰ ਇਹ ਤਾਂ ਦੁਸ਼ਟ ਨਿਕਲਿਆ। ਹੁਣ ਇਹੋ ਜਿਹੇ ਬੰਦੇ ਆਪਣੀ ਦੁਕਾਨਦਾਰੀ ਚਲਾ ਰਹੇ ਨੇ, ਇਹਨਾਂ ਸਾਖੀਆਂ ਨੂੰ ਸੁਣਾ ਸੁਣਾ ਕੇ। ਪਰ ਸਾਨੂੰ ਇਹ ਸੋਚਣਾ ਪਏਗਾ ਵੀ ਇਹ ਇੱਦਾਂ ਦੀਆਂ ਕਹਾਣੀਆਂ ਕਿ ਗੁਰੂ ਸਾਹਿਬ ਦੀ ਸ਼ਖਸੀਅਤ ਦੇ ਨਾਲ ਧੱਕਾ ਨਹੀਂ, ਕਿ ਗੁਰੂ ਸਾਹਿਬਾਨ ਦੇ ਮਹਾਨ ਕਿਰਦਾਰ ਦੀ ਇਹ ਨਿੰਦਾ ਨਹੀਂ ਕੀਤੀ ਜਾ ਰਹੀ। ਇਹ ਬਹੁਤ ਵੱਡੀ ਨਿੰਦਾ ਹੈ। ਜਿੰਨੀ ਛੇਤੀ ਇਹਨਾਂ ਗੱਲਾਂ ਤੋਂ ਆਪਾਂ ਸੁਚੇਤ ਹੋਵਾਂਗੇ ਉਹਨਾਂ ਵਧੀਆ। ਅਤੇ ਪਾਤਸ਼ਾਹ ਜੀ ਅਖੀਰਲੀ ਪੰਕਤੀ 'ਚ ਕਹਿੰਦੇ ਨੇ, ਕਥਨੀ ਬਦਨੀ ਕਰਤਾ ਫਿਰੈ, ਕਹਿੰਦੇ ਬੰਦਾ ਨਾ ਬਸ ਧਰਮ ਦੀਆਂ ਗੱਲਾਂ ਜ਼ੁਬਾਨ ਤੋਂ ਤਾਂ ਕਰਦਾ ਫਿਰਦਾ, ਹੁਕਮ ਹੈ ਮੂਲ ਨਾ ਬੁੱਝਈ, ਇਹ ਰੱਬ ਦੇ ਹੁਕਮ ਨੂੰ ਬੁੱਝਦਾ ਹੀ ਨਹੀਂ, ਇਹ ਵੀ ਰੱਬ ਦਾ ਹੁਕਮ ਹੈ, ਜੈਸੇ ਮਾਤ ਪਿਤਾ ਬਿਨ
ਬਾਲ ਨਾ ਹੋਈ। ਬਾਹਰਲੀਆਂ ਗੱਲਾਂ ਜਿੰਨੀਆਂ ਮਰਜ਼ੀ ਕਰੀ ਜਾਓ ਵੀ ਫਲਾਣੀ ਕਿਤਾਬ 'ਚ ਆਹ ਲਿਖਿਆ, ਫਲਾਣੇ ਬਾਬਾ ਜੀ ਆਹ ਕਹਿੰਦੇ, ਪਰ ਗੁਰੂ ਗ੍ਰੰਥ ਸਾਹਿਬ ਤਾਂ ਕਹਿ ਰਹੇ ਰੱਬੀ ਸਿਸਟਮ ਨੂੰ ਸਮਝ, ਤੈਨੂੰ ਪਤਾ ਲੱਗ ਜਾਏਗਾ। ਹੁਕਮੇ ਮੂਲ ਨਾ ਬੁੱਝਈ ਅੰਧਾ ਕੱਚ ਨਿਕਾਚ, ਜਿਹੜਾ ਰੱਬੀ ਸਿਸਟਮ ਨੂੰ ਨਹੀਂ ਨਾ ਬੁੱਝਦਾ, ਕਹਿੰਦੇ ਉਹ ਅੰਧਾ ਕੱਚ ਨਿਕਾਚ ਹੈ, ਕੱਚਿਆਂ ਦੇ ਵਿੱਚੋਂ ਕੱਚਾ ਹੈ ਉਹ ਬੰਦਾ। ਸੋ ਜਦੋਂ ਅਸੀਂ ਇਸ ਕੁਦਰਤੀ ਸਿਸਟਮ, ਇਸ ਰੱਬ ਦੇ ਸਿਸਟਮ ਨੂੰ ਸਮਝਾਂਗੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਾਹਮਣੇ ਰੱਖ ਕੇ, ਸਾਇੰਸ ਨੂੰ ਸਾਹਮਣੇ ਰੱਖ ਕੇ ਜਦੋਂ ਆਪਾਂ ਗੱਲ ਕਰਾਂਗੇ, ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਕਲੀਅਰ ਹੋ ਜਾਣਗੀਆਂ। ਅਤੇ ਇੱਕ ਬੇਨਤੀ ਅਖੀਰ 'ਚ ਕਰ ਦੇਵਾਂ, ਭਾਵੇਂ ਕੋਈ ਵੀ ਸਾਖੀ ਆਪਾਂ ਸੁਣੀਏ, ਉਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਦੇ ਉੱਤੇ ਜ਼ਰੂਰ ਵਿਚਾਰ ਕੇ ਵੇਖੀਏ, ਕਿਉਂਕਿ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ 'ਤੇ ਵਿਚਾਰਾਂਗੇ ਨਾ, ਪਤਾ ਲੱਗ ਜਾਏਗਾ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ। ਇੱਥੇ ਝੂਠੀ ਵਿਚਾਰ ਟਿਕਦੀ ਨਹੀਂ, ਇੱਥੇ ਕੇਵਲ ਅਤੇ ਕੇਵਲ ਸੱਚੀ ਵਿਚਾਰ ਟਿਕਣੀ ਹੈ। ਸੋ ਇਤਨੀਆਂ ਤਾਂ ਕਿਤੇ ਮੈਨੂੰ ਮਾਫ਼ ਕਰਿਓ, ਅਰਦਾਸਾਂ ਦੇ ਨਾਂ ਦੇ ਉੱਤੇ ਵੀ ਅਸੀਂ ਰੱਬ ਨੂੰ ਬਹੁਤੀ ਵਾਰੀ ਸਲਾਹਾਂ ਹੀ ਦਿੰਦੇ ਹਾਂ। ਅਰਦਾਸ ਦਾ ਮਤਲਬ ਜੋ ਸੀ ਨਾ, ਉਹ ਸੀਗਾ ਆਪਾਂ ਸਮਰਪਿਤ ਕਰਨਾ, ਸਰੈਂਡਰ ਕਰ ਦੇਣਾ ਮਾਲਕ ਦੇ ਅੱਗੇ। ਪਰ ਅਰਦਾਸ ਦੇ ਵਿੱਚ ਜੋ ਸਰੈਂਡਰ ਕਰਨ ਵਾਲੀ ਗੱਲ ਸੀ ਵੀ ਤੁਧ ਆਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ, ਇਹ ਜੀਉ ਪਿੰਡ ਸਭ ਤੇਰਾ ਵਾਲੀ ਗੱਲ ਕੀ ਸੀ? ਵੀ ਮੈਂ ਆਪਣੀ ਜਿੰਦ ਵੀ ਅਤੇ ਆਪਣਾ ਇਹ ਪਿੰਡਾ ਭਾਵ ਆਪਣਾ ਸਰੀਰ ਵੀ ਮਾਲਕ ਜੀ ਤੈਨੂੰ ਸਮਰਪਿਤ ਕੀਤਾ, ਤੂੰ ਮੇਰੇ ਮਨ ਨੂੰ ਵੀ ਆਪਣੇ ਹਿਸਾਬ ਨਾਲ ਤੋਰ, ਮੇਰੇ ਤਨ ਨੂੰ ਵੀ ਆਪਣੇ ਹਿਸਾਬ ਨਾਲ ਤੋਰ, ਮੇਰੀ ਇਹੀ ਅਰਦਾਸ ਹੈ ਤੇਰੇ ਅੱਗੇ। ਆਪ ਸਰੈਂਡਰ ਕਰ ਦੇਣਾ, ਆਤਮ ਸਮਰਪਣ ਕਰ ਦੇਣਾ, ਪਰ ਉਹ ਅਰਦਾਸ ਦੇ ਵਿੱਚ ਵੀ ਉਹ ਭਾਵਨਾ ਨਹੀਂ ਰਹਿ ਗਈ। ਇੱਥੇ ਵੀ ਰੱਬ ਜੀ ਨੂੰ ਆ ਕੇ ਸਲਾਹ ਮਸ਼ਵਰਾ ਦਿੱਤਾ ਜਾ ਰਿਹਾ ਹੁੰਦਾ, ਰੱਬ ਜੀ ਆਹ ਚੀਜ਼ ਚਾਹੀਦੀ ਹੈ, ਆਹ ਵਾਲੀ ਮਿਲ ਗਈ ਸੀ ਪਿਛਲੀ ਵਾਰੀ, ਆ ਕੇ ਡਿਮਾਂਡ ਕੀਤੀ ਸੀ, ਹੁਣ ਆਹ ਨਹੀਂ ਮਿਲੀ, ਆਹ ਵਾਲੀ ਅਗਲੀ ਵਾਰੀ ਦੇ ਦਿਓ। ਜੇ ਦੇ ਦਿਓਗੇ ਫਿਰ ਨਾਲ ਇਹ ਵੀ ਹੁੰਦਾ, ਲਾਲਚ ਵੀ ਦਿੱਤਾ ਜਾਂਦਾ, ਜੇ ਆ ਫਲਾਣੀ ਚੀਜ਼ ਮੈਨੂੰ ਮਿਲ ਗਈ, ਅਖੰਡ ਪਾਠ ਤੁਹਾਡਾ ਪੱਕਾ ਜੇ, ਉਹ ਕਰਵਾ ਦੇਵਾਂਗੇ, ਸਹਿਜ ਪਾਠ ਤੁਹਾਡਾ ਪੱਕਾ ਜੇ। ਗੁਰੂ ਦੀ ਬਾਣੀ ਹੈ, ਗੁਰੂ ਨੂੰ ਹੀ ਲਾਲਚ ਨੇ, ਵੇਖ ਲਓ ਨਾ। ਅੱਜ ਇਹ ਹਾਲ, ਬਿਜ਼ਨਸ ਬੰਦਾ ਬਾਹਰ ਕਰਦਾ ਸੀ, ਬਿਜ਼ਨਸ ਨੂੰ ਗੁਰਦੁਆਰਿਆਂ ਦੇ ਵਿੱਚ ਵੀ ਲੋਕਾਂ ਨੇ ਲੈ ਆਉਂਦਾ, ਧਰਮ ਦੇ ਨਾਂ ਦੇ ਉੱਤੇ ਵੀ ਧੰਦਾ ਹੋਣ ਲੱਗ ਪਿਆ, ਅਤੇ ਇਹ ਚੀਜ਼ ਜਿਹੜੀ ਉਹ ਚੱਲ ਰਹੀ, ਲੋਕ ਇਹਦੇ ਵਿੱਚ ਹੀ ਖੁਸ਼ ਨੇ, ਪਰ ਇਹਦੇ ਵਿੱਚੋਂ ਨਿਕਲਣਾ ਕੁਝ ਨਹੀਂ, ਨਿਕਲਦੀ ਕੇਵਲ ਇਹਦੇ ਵਿੱਚੋਂ ਖੁਆਰੀ ਹੈ, ਕਿਉਂਕਿ ਰੱਬ ਭੁੱਲ ਜਾਂਦਾ ਇੱਥੇ ਆ ਕੇ। ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ, ਜਾ ਕੋ ਓਟ ਤੁਹਾਰੀ। ਕੋ ਬੇਨਤੀਆਂ ਪ੍ਰਵਾਨ ਕਰਨੀਆਂ, ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ, ਸਭਨਾਂ ਦਾ ਧੰਨਵਾਦ ਸ਼ੁਕਰਾਨਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।